دنیا کا واحد چینل بی ایس اسلامک پیارا ہے، دنیا کا واحد چینل بلا تاخیر اور بلا تمہید میں بےقاعدگی سے پروگرام کو آگے بڑھاتا ہوں، تو خطاب کے لیے میں دعوت دیتا ہوں خطیب پاکستان خطیب ابن خطیب حضرت مولانا سلمان شریف صاحب بن مولانا شریف صاحب الہ‌آبادی رحمت اللہ علیہ۔ ان کے آنے سے قبل آپ اپنی بیداری کا ثبوت دیں۔ شیخ صاحب نے فتویٰ لگا دیا نعرے کا، اللہ تعالیٰ اپنا اپنا مزاج ہوتا ہے نا، آپ اپنی بیداری کا ثبوت دیں۔ نعرہ تکبیر، ہاتھوں کو بلند کر کے انشاءاللہ انشاءاللہ نا پروگرام تو بعد چاولا انتظام ہے گا، پریشان نہیں ہونا انشاءاللہ۔ یعنی کہ سلمان صاحب کہہ رہے ہیں بڑا مولوی باقی والے، آخری نعرہ تکبیر حضرت مولانا سلمان شریف صاحب۔ السلام علیکم، الحمد للہ وسلام علی عباده الذین اصطفى۔ آواز تھوڑی جی بریک کر، رب اشرح لی صدری ویسر لی امری وقل العقدة من لساني يفقه قولي، رب زدني علما رب زدني علما۔ اللهم صل على محمد وعلى آل محمد كما تحب وترضى۔ أعوذ بالله السميع العليم من الشيطان الرجيم، وقضى ربك الا تعبدوا الا اياه وبالوالدين احسانا۔ کوئی بڑائی ثواب چیرا ویکھیں جے ماں دا، بڑائی ثواب چیرا ویکھیں جے ماں دا، کیسا ہی رتبہ ٹھنڈے باغ دی چھاں دا، خدمت نہ دی دونوں جگ دی بڑائی آ، ماپیاں دی خوشبو اللہ وکھری بنائی آ۔ ہر قسم دی حمد و ثنا اکو کانٹی رہن دے اللہ رب رحمان واسطے، بے شمار ان گنت درود و سلام سید الاولین والآخرین امام الانبیاء خطیب الانبیاء حضرت محمد رسول اللہ سب کہہ دیو صلی اللہ علیہ وآلہ وسلم دی ذات گرامی تے۔ دوستو بزرگو بھائیو، اس مالک دا بے حد شکر ہے جس اللہ نے اس گئے گزرے دور دے اندر سانو اپنے گھر تو جمع ہونے دی توفیق دیتی ہے، اپنا قرآن سنن دی توفیق دیتی ہے، مدینے والے دا فرمان سنن دی توفیق دیتی ہے۔ دعا کرو اللہ اج دیاں لگی ہوئی کڑیاں اپنی بارگاہ دے اندر قبول و منظور فرمائے۔ اے بات نا ہمیشہ تو ہی چلی آندی ہے، اپنے گھر کوئی اونوں ہی بلاندا جندے نال پیار ہوئے، تے کدی دشمن نو نا کسے نے اپنے گھر نہیں سدیا۔ تسی اللہ دے گھر چوں بیٹھے جے نا، ایمان نال میں کہہ سکنا اللہ نو تواڈے نال پیار ہے، سیدھے اپنے گھر چوں بٹھایا ہے۔ اللہ بیٹھنا قبول فرمائے۔
ਮੇਰੇ ਤੋਂ ਪਹਿਲੇ ਮੇਰੇ ਬਰਾਦਰ ਅਕਬਰ ਹਜ਼ਰਤ ਮੌਲਾਨਾ ਉਸਮਾਨ ਸਾਜਦ ਸਾਹਿਬ ਬਹੁਤ ਪਿਆਰਾ ਖਿਤਾਬ ਫਰਮਾ ਰਹੇ ਸਨ। ਦੁਆ ਕਰੋ ਅੱਲਾ ਮੇਰੇ ਵੀਰ ਦੀ ਉਮਰ 'ਚ ਬਰਕਤਾਂ ਨਾਦਲ ਫਰਮਾਏ, ਅੱਲਾ ਪਾਕ ਮਜ਼ੀਦ ਤਰੱਕੀਆਂ ਅਤਾ ਫਰਮਾਏ, ਆਪਣੇ ਦੀਨ ਵਾਸਤੇ ਕਬੂਲੋ ਮਨਜ਼ੂਰ ਫਰਮਾਏ। ਔਰ ਇਹ ਵੀ ਦੁਆ ਕਰੋ ਅੱਲਾ ਮੇਰੇ ਵੀਰਾਂ ਜਿਨ੍ਹਾਂ ਪ੍ਰੋਗਰਾਮ ਦੇ ਵਾਸਤੇ ਮਿਹਨਤਾਂ ਕੀਤੀਆਂ, ਭਾਈ ਬਿਲਾਲ ਸਾਜਦ ਸਾਹਿਬ ਔਰ ਇਹਨਾਂ ਦੇ ਰੁਫਾਕਾਮ ਜਿਨ੍ਹਾਂ ਮਿਹਨਤਾਂ ਕੀਤੀਆਂ, ਅੱਲਾ ਮਿਹਨਤਾਂ ਕਬੂਲੋ ਮਨਜ਼ੂਰ ਫਰਮਾਏ। ਔਰ ਅੱਲਾ ਇਸ ਮਸਜਿਦ ਨੂੰ ਕਿਆਮਤ ਤੱਕ ਲਈ ਆਬਾਦ ਫਰਮਾਏ। ਮੈਂ ਨਾ ਬੈਠਾ ਸੋਚ ਰਿਹਾ ਸਾਂ ਕਿ ਕੀ ਬਿਆਨ ਕਰਾਂ, ਜੇ ਨਬੀ ਅਲੀ ਸਲਾਮ ਦੀ ਸ਼ਾਨ ਦੀ ਬਾਤ ਕਰਾਂ, ਮੇਰੇ ਤੋਂ ਪਹਿਲੇ ਸ਼ਾਹ ਮੁਹਤਰਮ ਨੇ ਬਿਆਨ ਕਰ ਦਿੱਤੀ ਹੈ, ਜੇ ਕਿਹੜੀ ਬਾਤ ਕਰਾਂ। ਬਹਰ ਕੈਫ ਮੈਂ ਅਸਮਾਨ ਦੇ ਰੱਬ ਕੋਲ ਦੁਆ ਕੀਤੀ, ਅੱਲਾ ਸੋਹਣਿਆ ਤੂੰ ਹੀ ਬੁਲਾਵਣਾ, ਤੇ ਇੱਥੇ ਬੈਠਿਆਂ ਬੈਠਿਆਂ ਨਾ ਸ਼ੇਖ ਸਾਹਿਬ ਨੇ ਯਤੀਮਾਂ ਦੇ ਬਾਰੇ ਗੁਫ਼ਤਗੂ ਕੀਤੀ, ਤੇ ਮੇਰਾ ਦਿਲ ਕੀਤਾ ਮੈਂ ਤੁਹਾਡੇ ਸਾਹਮਣੇ ਮਾਪਿਆਂ ਦੀ ਸ਼ਾਨ ਬਿਆਨ ਕਰ ਦਿਆਂ। ਦੁਆ ਕਰੋ ਅੱਲਾ ਮਾਪਿਆਂ ਦੀ ਕਦਰ ਦੀ ਤੌਫੀਕ ਅਤਾ ਫਰਮਾਏ, ਅੱਲਾ ਮਾਪਿਆਂ ਦਾ ਅਦਬ ਕਰਨ ਦੀ ਤੌਫੀਕ ਅਤਾ ਫਰਮਾਏ। ਦੋਸਤੋ ਨੇਮਤਾਂ ਬੜੀਆਂ ਨੇ ਇਨਸਾਨ ਦੇ ਉੱਤੇ ਨਾ, ਅੱਲਾ ਪਾਕ ਨੇ ਇਹਸਾਨ ਬੜੇ ਕੀਤੇ ਨੇ। ਕੁਰਾਨ ਕਹਿੰਦਾ ਇਨ ਤਾਉਦੂ ਨਿਮਤ ਅੱਲਾ ਲਾ ਤੁਖਸੂਹਾ, ਇਹ ਦੁਨੀਆਂ ਦੇ ਲੋਕੋ ਸੁਣ ਲਓ, ਅਗਰ ਅੱਲਾ ਦੀਆਂ ਨੇਮਤਾਂ ਗਿਣਨ ਲੱਗ ਪਵੋ ਨਾ, ਤੁਹਾਡੀਆਂ ਜ਼ਿੰਦਗੀਆਂ ਮੁੱਕ ਸਕਦੀਆਂ ਨੇ ਪਰ ਰੱਬ ਦੀਆਂ ਨੇਮਤਾਂ ਨਹੀਂ ਮੁੱਕ ਸਕਦੀਆਂ। ਬੜੀਆਂ ਨੇਮਤਾਂ ਪਰ ਅੱਲਾ ਪਾਕ ਨੇ ਇੱਕ ਨੇਮਤ ਇਹੋ ਜਿਹੀ ਦਿੱਤੀ ਹੈ ਜਿਹਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ, ਔਰ ਉਹ ਨੇਮਤ ਕੀ ਹੈ, ਉਹ ਨੇਮਤ ਵਾਲੇ ਦੈਨ ਦੀ ਹੈ। ਦੁਆ ਕਰੋ ਅੱਲਾ ਸਾਨੂੰ ਇਸ ਨੇਮਤ ਦੀ ਕਦਰ ਦੀ ਤੌਫੀਕ ਅਤਾ ਫਰਮਾਏ। ਅੱਲਾ ਪਾਕ ਨੇ ਨਾ ਕੁਰਾਨ ਪਾਕ ਦੇ ਅੰਦਰ ਮੇਰੇ ਮੁਸਤਫਾ ਅਲੀ ਸਲਾਤੋ ਸਲਾਮ ਤੇ ਕੁਰਾਨ ਨਾਜ਼ਲ ਕਰਕੇ ਵੀ ਸਾਨੂੰ ਪੈਗਾਮ ਦਿੱਤਾ ਕਿ ਆਪਣੇ ਬੁੱਢੇ ਮਾਲੇ ਦੈਨ ਦਾ ਇਖਤਰਾਮ ਕਰੋ। ਔਰ ਬੇਸ਼ੁਮਾਰ ਮੁਕਾਮਾਤ ਤੇ ਸਰਕਾਰ ਅਲੀ ਸਲਾਤੋ ਸਲਾਮ ਨੇ ਵੀ ਫਰਮਾਇਆ ਆਪਣੇ ਵਾਲੇ ਦੈਨ ਦੀ ਕਦਰ ਕਰੋ, ਔਰ ਜਿਹੜਾ ਬੰਦਾ ਆਪਣੇ ਵਾਲੇ ਦੈਨ ਦੀ ਕਦਰ ਕਰਦਾ ਏ ਅੱਲਾ ਦੁਨੀਆਂ ਤੇ ਵੀ ਸੁਰਖਰੂ ਫਰਮਾ ਦਿੰਦੇ ਨੇ ਤੇ ਅਗਲੇ ਜਹਾਨ ਵੀ ਸੁਰਖਰੂ ਫਰਮਾ ਦਿੰਦੇ ਨੇ। ਅੱਲਾ ਸਾਨੂੰ ਕਦਰ ਦੀ ਤੌਫੀਕ ਅਤਾ ਫਰਮਾਏ। ਆਓ ਜ਼ਰਾ ਕੁਰਾਨ ਕੋਲੋਂ ਪੁੱਛੀਏ ਅੱਲਾ ਦਾ ਕੁਰਾਨ ਕੀ ਕਹਿੰਦਾ। ਅੱਲਾ ਫਰਮਾਉਂਦੇ ਨੇ ਵਾਕਾ ਦਾ ਰੱਬੂ ਕਾਮ ਵਾਕਾ ਦਾ ਰੱਬੂ ਕਾ ਤਾਬੂਦੂ ਅਮਰੇ ਮਹਿਬੂਬ ਪੈਗੰਬਰ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਮਹਿਬੂਬਾ ਤੇਰੇ ਰੱਬ ਨੇ ਐਲਾਨ ਕਰ ਦਿੱਤਾ, ਅੱਲਾ ਸੋਹਣਿਆ ਕਹਿੰਦਾ ਐਲਾਨ ਕਰ ਦਿੱਤਾ, ਅੱਲਾਹ ਤਾਬੂਦੂ ਇਲਾ ਇਯਾਹੂ। ਅੱਲਾ ਫਰਮਾਉਂਦੇ ਨੇ ਇਬਾਦਤਾਂ ਮੇਰੀਆਂ ਹੀ ਕਰਨੀਆਂ ਨੇ, ਪੂਜਾ ਮੇਰੀ ਕਰਨੀ ਏ, ਆਸੀਸ ਮੇਰੇ ਸਾਹਮਣੇ ਝੁਕਾਉਣਾ, ਅੱਜ ਵੀ ਨੇ ਨਿਆਜ ਮੇਰੇ ਸਾਹਮਣੇ ਰੱਖਣੀ ਏ। ਅੱਲਾ ਫਰਮਾਉਂਦੇ ਨੇ ਮੇਰੇ ਕੋਲੋਂ ਆ ਕੇ ਮੰਗੋ, ਮੇਰੇ ਬੂਹੇ ਤੇ ਸਜਦੇ ਕਰੋ, ਮੇਰੇ ਕੋਲੋਂ ਦੁਆਵਾਂ ਮੰਗੋ, ਮੇਰੇ ਸਾਹਮਣੇ ਆ ਕੇ ਮੰਗ ਲਓ। ਅੱਲਾ ਫਰਮਾਉਂਦੇ ਨੇ ਤੁਹਾਡਾ ਆਵਣਾ ਮੇਰੇ ਬੂਹੇ ਤੇ ਤੁਹਾਡਾ ਕੰਮ ਏ, ਦੁਆਵਾਂ ਕਬੂਲ ਕਰਨਾ ਮੇਰੇ ਅੱਲਾ ਦਾ ਕੰਮ ਏ। ਫਿਰ ਦੁਆ ਕਰੋ ਅੱਲਾ ਕੱਲੇ ਕੋਲ ਹੀ ਮੰਗਣ ਦੀ ਤੌਫੀਕ ਅਤਾ ਫਰਮਾਏ। ਅਸੀਂ ਨਮਾਜ਼ ਚੋਂ ਪੜ੍ਹਨੇ ਨਾ ਇਯਾਕਾ ਨਾਬੂਦੂ ਵਾ ਇਯਾਕਾ ਨਸਤਾਈਨ, ਅੱਲਾ ਸੋਹਣਿਆ ਤੇਰੀਆਂ ਹੀ ਬਾਤਾਂ ਨੇ, ਤੇਰੇ ਕੋਲ ਵੀ ਮੰਤਾਂ ਮੰਗਾਂਗੇ। ਇਹੋ ਹੀ ਬਾਤ ਅੱਲਾ ਬਾਤ ਸਮਝਾਉਂਦੇ ਪੈਣੇ, ਐ ਮੇਰੇ ਬੰਦੇ ਅੱਲਾ ਤਾਬੂਦੂ ਇਲਾ ਇਯਾਹੂ, ਮੇਰੀਆਂ ਹੀ ਬਾਤਾਂ ਕਰਨੀਆਂ ਨੇ, ਮੇਰੇ ਤੋਂ ਇਲਾਵਾ ਕਿਸੇ ਕੋਲੋਂ ਮੰਗਣਾ ਕੋਈ ਨਹੀਂ। ਅੱਲਾ ਪਾਕ ਨੇ ਫੈਸਲਾ ਕਰ ਦਿੱਤਾ ਏ, ਤੇ ਦੂਸਰਾ ਪੈਗਾਮ ਕੀ ਏ, ਵਾ ਬਿਲ ਵਾਲਿਦੈਨੀ ਇਹਸਾਨਾਂ, ਆਪਣੀ ਬੁੱਢੀ ਮਾਂ ਦੀ ਕਦਰ ਕਰਨੀ ਏ, ਆਪਣੇ ਬੁੱਢੇ ਬਾਪ ਦੀ ਕਦਰ ਕਰਨੀ ਏ, ਆਪਣੇ ਵਾਲਿਦੈਨ ਦਾ ਅਦਬ ਤੇ ਇਕਤਰਾਮ ਕਰਨਾ ਏ, ਆਪਣੀ ਮਾਂ ਨੂੰ ਪਰੇਸ਼ਾਨ ਨਹੀਂ ਕਰਨਾ, ਆਪਣੇ ਬਾਪ ਨੂੰ ਪਰੇਸ਼ਾਨ ਨਹੀਂ ਕਰਨਾ, ਇਹਨਾਂ ਦੋਵਾਂ ਨੂੰ ਰਾਜ਼ੀ ਤੂੰ ਕਰ ਲੈ, ਰੱਬ ਤੇਰੇ ਤੇ ਰਾਜ਼ੀ ਹੋ ਜਾਏਗਾ।
ਮਾਂ ਤੇ ਬਾਪ ਨੂੰ ਰਾਜ਼ੀ ਕਰ ਲੈ, ਅਸਮਾਨ ਦਾ ਰੱਬ ਰਾਜ਼ੀ ਹੋ ਜਾਏਗਾ। ਹਜ਼ਰਤ ਅਬਦੁੱਲਾ ਬਿਨ ਉਮਰ ਰਜ਼ੀ ਅੱਲਾਹ ਤਾਲਾ ਅਨਹੁਮ ਗਾਲਬਨ ਅਬਦੁੱਲਾ ਬਿਨ ਮਸੂਦ ਰਜ਼ੀ ਅੱਲਾਹ ਤਾਲਾ ਅਨਹੁਮ ਬਿਆਨ ਕਰਦੇ ਨੇ, ਇੱਕ ਦਿਨ ਮੈਂ ਅੱਲਾਹ ਦੇ ਪਾਕ ਪੈਗੰਬਰ ਦੇ ਕੋਲ ਚਲਾ ਗਿਆ, ਮਸਜਿਦ ਨਬੀ ਅੱਲਾਹ ਦੇ ਪਾਕ ਪੈਗੰਬਰ ਜਨਾਬ ਮੁਹੰਮਦ, ਨਬੀ ਪਾਕ ਦਾ ਨਾਮ ਆ ਜੇ ਤੇ ਗੂੰਜ ਪਾ ਦਿਓ ਸੱਲੱਲਾਹੁ ਅਲੈਹਿ ਵਸੱਲਮ, ਮਸਜਿਦ ਨਬੀ ਅੱਲਾਹ ਸਾਨੂੰ ਜ਼ਿਆਰਤਾਂ ਨਸੀਬ ਫਰਮਾਏ। ਤੇ ਕਿਹੜੀ ਮਸਜਿਦ? ਓਏ ਜਿਹੜੀ ਮਸਜਿਦ ਮੇਰੇ ਪੈਗੰਬਰ ਦੀ ਹੁੰਦੀ ਰੀਸ ਕੀ ਤਾਕਤ ਅੰਬਰ ਦੀ, ਓਏ ਜਿੱਥੇ ਇੱਕ ਨਮਾਜ਼ ਮਿਲਣ ਕਈ ਉੱਥੇ ਉਮਰਾਂ ਲਗਾਉਣ ਨੂੰ ਜੀ ਕਰਦਾ, ਓਏ ਤੇਰੇ ਘਰ ਦੇ ਦੁਆਲੇ ਨੱਸ ਨੱਸ ਕੇ ਅੱਲਾ ਫੇਰੀਆਂ ਪਾਨ ਨੂੰ ਜੀ ਕਰਦਾ, ਓਏ ਤੇਰਾ ਘਰ ਵੇਖਾਂ ਤੇਰਾ ਦਰ ਵੇਖਾਂ, ਤੇਰੇ ਦਰ ਵਿੱਚ ਲੱਖ ਲੱਖ ਸਰ ਵੇਖਾਂ, ਓਏ ਜਿੱਥੇ ਇੱਕ ਨਮਾਜ਼ ਦੀ ਕਈ ਬਣਦੀ ਉੱਥੇ ਉਮਰਾਂ ਲਗਾਉਣ ਨੂੰ ਜੀ ਕਰਦਾ। ਮੇਰੇ ਮੁਸਤਫਾ ਬੈਠੇ ਹੋਏ ਨੇ, ਹਜ਼ਰਤ ਅਬਦੁੱਲਾ ਬਿਨ ਮਸੂਦ ਆ ਗਏ, ਐਨ ਕਰਕੇ ਬਿਆਨ ਕਰਦੇ ਨੇ, ਮੈਂ ਨਬੀ ਅਲੀ ਸਲਾਮ ਦੇ ਕੋਲ ਅੱਗੇ ਬੈਠ ਗਿਆ ਤੇ ਸਰਕਾਰ ਕੋਲ ਅੱਗੇ ਸਵਾਲ ਕੀਤਾ, ਸਾਲਤੁਨ ਨਬੀਆ ਸੱਲੱਲਾਹੁ ਅਲੈਹਿ ਵਸੱਲਮ, ਮੇਰੇ ਨਬੀ ਦੇ ਨਾਲ ਪਿਆਰ ਦੀਆਂ ਬਾਤਾਂ ਹੋ ਰਹੀਆਂ ਨੇ, ਮੁਹੱਬਤ ਦੀਆਂ ਬਾਤਾਂ ਹੋ ਰਹੀਆਂ ਨੇ। ਅਬਦੁੱਲਾ ਬਿਨ ਮਸੂਦ ਕਹਿੰਦੇ ਨੇ, ਮੈਂ ਸਰਕਾਰ ਦੇ ਕੋਲੋਂ ਪੁੱਛਿਆ ਨਾ ਤੇ ਪੁੱਛੀ ਵੀ ਚੱਜ ਦੀ ਗੱਲ ਪੁੱਛੀਏ, ਅੱਜ ਦੇ ਲੋਕਾਂ ਵਰਗਾ ਸਵਾਲ ਨਹੀਂ ਕੀਤਾ, ਅੱਜ ਵਾਂਗੂ ਮੌਲਵੀ ਨੂੰ ਪਰੇਸ਼ਾਨ ਕਰਨ ਵਾਲਿਆਂ ਵਾਂਗੂ ਸਵਾਲ ਨਹੀਂ ਕੀਤਾ, ਆਪਣੇ ਮੌਲਵੀਆਂ ਨੂੰ ਤੰਗ ਨਾ ਕਰਿਆ ਕਰੋ, ਆਪਣੇ ਮੌਲਵੀਆਂ ਨੂੰ ਪਰੇਸ਼ਾਨ ਨਾ ਕਰਿਆ ਕਰੋ। ਅਬਦੁੱਲਾ ਬਿਨ ਮਸੂਦ ਨੇ ਕੀ ਸਵਾਲ ਕੀਤਾ, ਅਯੁਲ ਅਮਰੀ ਅਹੱਬੂ ਇਲੱਲਾ, ਮਹਿਬੂਬਾ ਉਹ ਕਿਹੜਾ ਗਮ ਹੈ ਜਿਹੜਾ ਅੱਲਾ ਪਾਕ ਨੂੰ ਸਾਰੇ ਜਹਾਨ ਤੋਂ ਪਿਆਰਾ ਲੱਗਦਾ, ਉਹ ਕਿਹੜੀ ਬਾਤ ਹੈ ਜਿਹੜੀ ਰੱਬ ਨੂੰ ਸਭ ਤੋਂ ਪਿਆਰੀ ਲੱਗਦੀ ਹੈ? ਮੈਂ ਸਦਕੇ ਜਾਵਾਂ ਅੱਲਾ ਦੇ ਪਾਕ ਪੈਗੰਬਰ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਅਹਲੁ ਵਸਾਹਲਮ। ਮੇਰੇ ਭਾਈ ਅਬਦੁਲ ਸਲਾਮ ਸਾਹਿਬ ਨੇ ਦੁਆ ਕਰੋ ਅੱਲਾ ਉਮਰ ਚ ਬਰਕਤ ਨਾਦਲ ਫਰਮਾਏ। ਆ ਗੌਰ ਕਰਿਆ ਜੇ, ਗੌਰ ਸਰਕਾਰ ਕੋਲੋਂ ਸਵਾਲ ਹੋ ਰਿਹਾ ਔਰ ਸਵਾਲ ਵੀ ਕਿੱਡਾ ਕੀਮਤੀ ਹੈ, ਅੱਜ ਦੇ ਲੋਕਾਂ ਵਾਂਗੂ ਨਹੀਂ ਮੌਲਵੀ ਨੂੰ ਆ ਕੇ ਪਰੇਸ਼ਾਨ ਕਰਨਾ। ਹਜ਼ਰਤ ਜੀ ਬਾਬਾ ਜੀ ਦਾ ਪੈਰ ਕਿੱਡਾ ਸੀ, ਬਾਬਾ ਜੀ ਆਦਮ ਅਲੀ ਸਲਾਮ ਦਾ ਪੈਰ ਕਿੱਡਾ, ਨਬੀ ਪਾਕ ਦਾ ਕੱਦ ਕਿੱਡਾ, ਫਲਾਂ ਕੀ ਹੈ ਫਲਾਂ ਕੀ ਹੈ, ਮੌਲਵੀ ਨੂੰ ਪਰੇਸ਼ਾਨ ਕਰਦੇ ਨੇ ਔਰ ਮਕਸਦ ਕੀ ਹੈ? ਅਸੀਂ ਮੌਲਵੀ ਨੂੰ ਜ਼ਲੀਲ ਕਰ ਦਈਏ? ਓਏ ਦੋਸਤਾਂ, ਅਸਲ ਚੋਂ ਤੂੰ ਮੌਲਵੀ ਨੂੰ ਪਰੇਸ਼ਾਨ ਨਹੀਂ ਕਰ ਰਿਹਾ, ਮੌਲਵੀ ਨੂੰ ਜ਼ਲੀਲ ਨਹੀਂ ਕਰ ਰਿਹਾ, ਅਸਲ ਚ ਤੂੰ ਅੱਲਾਹ ਦੇ ਇਸਲਾਮ ਨੂੰ ਜ਼ਲੀਲ ਕਰ ਰਿਹਾ। ਦੁਆ ਕਰੋ ਅੱਲਾ ਮੌਲਵੀਆਂ ਦੀ ਕਦਰ ਦੀ ਤੌਫੀਕ ਅਤਾ ਫਰਮਾਏ। ਸਾਡੇ ਪਿੰਡ ਤਾਂ ਮੌਲਵੀਆਂ ਚ ਬੜੇ ਕੀੜੇ ਕੱਢਦੇ ਨੇ ਨਾ, ਜਿਹਨੂੰ ਕਰੋ ਕੋਈ ਦੂਸਰੀ ਵਾਰੀ ਰੋਟੀ ਨਹੀਂ ਦਿੰਦਾ ਉਹ ਵੀ ਮੌਲਵੀ ਤੇ ਆ ਕੇ ਚੜ ਜਾਂਦਾ। ਹਾਂਜੀ ਆ ਸਭ ਪੁੱਠੀ ਕਿਉਂ ਏ? ਆ ਟੂਟੀਆਂ ਸਾਫ ਕਿਉਂ ਨੀ? ਲੈਟਰੀਨਾਂ ਕਿਨੇ ਸਾਫ ਕਰਨੀਆਂ? ਤੂੰ ਕਿੱਥੇ ਗਿਆ ਸੈ, ਕਿਉਂ ਗਿਆ ਸੈ? ਔਰ ਪੰਜਾਬ ਚੋਂ ਤਾਂ ਕਮਾਲ ਕਰ ਦਿੱਤੇ ਨੇ ਮੌਲਵੀਆਂ ਦੀ ਬਿਸਤੀ ਕਰਨ ਦੀ। ਦੁਆ ਕਰੋ ਲੈ ਇਸ ਮੌਲਵੀਆਂ ਦੀ ਕਦਰ ਦੀ ਤੌਫੀਕ ਅਤਾ ਫਰਮਾਏ। ਤੇ ਮੇਰੇ ਬਾਬਾ ਜੀ ਕਹਿੰਦੇ ਨੇ, ਓਏ ਵਿੱਚ ਪੰਜਾਬ ਜੋ ਕਦਰ ਆਲਮ ਦੀ ਤੇ ਸੇਪੀਆਂ ਵਾਂਗੂ ਜਾਣਨ, ਹੱਕ ਹਕੂਕ ਜੋ ਕਮੀਆਂ ਵਾਲੇ ਤੇ ਜ਼ਿੰਮੇ ਨਾ ਦੇ ਲਾਵਨ, ਤੇ ਜਿਹੜਾ ਮੌਲਵੀ ਨੂੰ ਪਰੇਸ਼ਾਨ ਕਰੇਗਾ, ਆਪਣੇ ਖਤੀਬ ਨੂੰ ਪਰੇਸ਼ਾਨ ਕਰੇਗਾ, ਆਪਣੀ ਮਸਜਿਦ ਦੀ ਇਮਾਮ ਨੂੰ ਪਰੇਸ਼ਾਨ ਕਰੇਗਾ, ਓਏ ਆਲਮ ਦੀ ਇੱਜ਼ਤ ਉੱਤੇ ਐਬ ਜੋ ਤਰੇ ਦਾਮ, ਆਲਮ ਦੀ ਇੱਜ਼ਤ ਉੱਤੇ ਐਬ ਜੋ ਤਰੇ ਦਾਮ, ਸਦਰ ਨਸਰ ਵਾਂਗੂ ਜ਼ਾਲਮ ਤੜਪਦਾ ਹੀ ਮਰੇਗਾ, ਕਾਰੂਨ ਦੇ ਵਾਂਗੂ ਮੌਲਾ ਇਸ ਨੂੰ ਫੜੇਗਾ, ਸੀ ਕੀਤੀ ਤੁਗੀਨ ਉਸਨੇ ਮੂਸਾ ਦੀ ਸ਼ਾਨ ਦੀ, ਆਲਮ ਦੀ ਇੱਜ਼ਤ ਸਮਝੋ ਇੱਜ਼ਤ ਇਸਲਾਮ ਦੀ। ਅਦਰ ਗੌਰ ਕਰ ਮੇਰੇ ਨਬੀ ਕੋਲ ਹਜ਼ਰਤ ਅਬਦੁੱਲਾ ਬਿਨ ਮਸੂਦ ਆ ਗਏ, ਆ ਕੇ ਪੁੱਛਿਆ ਕੀ ਏ, ਅਯੁਲ ਅਮਰੀ ਅਹੱਬੁ ਇਲੱਲਾ,
ਮਹਿਬੂਬਾ ਕਿਹੜਾ ਕੰਮ ਹੈ ਜਿਹੜਾ ਅੱਲਾ ਨੂੰ ਪਿਆਰਾ ਲੱਗਦਾ ਹੈ, ਉਹ ਕਿਹੜੀ ਬਾਤ ਹੈ ਜਿਹੜੀ ਅਸਮਾਨ ਦੇ ਰੱਬ ਨੂੰ ਪਿਆਰੀ ਲੱਗਦੀ ਹੈ? ਅੱਲਾ ਦੇ ਨਬੀ ਫਰਮਾਉਂਦੇ ਨੇ ਅਸਲਾਤੁ ਅਲਾ ਵਕਤਿਕਾ, ਐ ਮੇਰੇ ਅਬਦੁੱਲਾ ਤੂੰ ਆਪਣੀ ਦੁਕਾਨ ਤੇ ਬੈਠਾ ਹੋਵੇ, ਆਪਣਾ ਕਾਰੋਬਾਰ ਕਰਦਾ ਪਿਓ ਹੋਵੇ, ਆਪਣੀ ਦੁਕਾਨ ਤੇ ਬੈਠਾ ਹੋਵੇ, ਆਪਣੇ ਰਿਸ਼ਤੇਦਾਰਾਂ ਚੋਂ ਬੈਠਾ ਹੋਵੇ, ਆਪਣੇ ਘਰੇ ਬੈਠਾ ਹੋਵੇ, ਆਪਣੇ ਬੇਲੀਆਂ ਸਜਣਾ ਚੋਂ ਬੈਠਾ ਹੋਵੇ, ਅਤਰੋਂ ਅਦਾਨ ਹੋ ਜਾ, ਮੁਹੱਸਨ ਕੰਨਾਂ ਚੋਂ ਗਰੀਆਂ ਦੇ ਲਵੇ ਤੇ ਕਵੇ ਕਿ ਅੱਲਾਹੁ ਅਕਬਰ ਅੱਲਾਹੁ ਅਕਬਰ, ਅਤਰੋਂ ਅਦਾਨ ਹੋ ਗਈਏ ਤੂੰ ਆਪਣੇ ਬੇਲੀਆਂ ਨੂੰ ਛੋੜ ਦਿੱਤਾ, ਆਪਣੇ ਰਿਸ਼ਤੇਦਾਰਾਂ ਨੂੰ ਛੋੜ ਦਿੱਤਾ, ਆਪਣੇ ਭੈਣ ਭਰਾਵਾਂ ਨੂੰ ਛੋੜ ਦਿੱਤਾ, ਆਪਣੀ ਦੁਕਾਨ ਨੂੰ ਬੰਦ ਕਰ ਦਿੱਤਾ, ਗਾਹਕ ਖੜੇ ਨੇ ਪਰ ਤੂੰ ਅੱਲਾ ਦੇ ਬੁਲਾਵੇ ਤੇ ਲੱਭਾ ਕਹਿ ਦਿੱਤੀ ਏ, ਆਪਣਾ ਕਾਰੋਬਾਰ ਬੰਦ ਕਰ ਦਿੱਤਾ, ਮਸੀਤੇ ਆ ਗਿਆ, ਵਜੂ ਕਰਕੇ ਆ ਕੇ ਮਸਜਿਦ ਚੋਂ ਬੈਠ ਗਿਆ ਏ, ਉੱਤੋਂ ਆਵਾਜ਼ ਆਉਂਦੀ ਏ, ਆ ਜਿਹੜਾ ਕੰਮ ਕਰਕੇ ਮੈਨੂੰ ਸਾਰੇ ਜਹਾਨ ਤੋਂ ਪਿਆਰਾ ਲੱਗਦਾ ਏ, ਅੱਜ ਜਿਹੜੀ ਤੇਰੀ ਅੱਜ ਆ ਕੰਮ ਕਰਕੇ ਆਇਆ ਏ, ਆ ਤੇਰੀ ਸਿਫਤ ਮੈਨੂੰ ਸਾਰੇ ਜਹਾਨ ਤੋਂ ਸੋਹਣੀ ਲੱਗਦੀ ਏ। ਹਜ਼ਰਤ ਅਬਦੁੱਲਾ ਬਿਨ ਮਸੂਦ ਫਿਰ ਬੋਲ ਪੈ ਤੇ ਮੈਂ ਤਾਂ ਸਮਝਣਾ ਵਾ, ਕਹਿੰਦੇ ਹੋਣਗੇ ਮਹਿਬੂਬਾ ਇਹ ਤਾਂ ਹਕੂਕੁੱਲਾ ਦੀਆਂ ਬਾਤਾਂ ਹੋ ਗਈਆਂ, ਹਕੂਕੁਲੀ ਬਾਤ ਦੇ ਅੰਦਰ ਦੱਸੋ ਨਾ। ਆਪ ਪਰਮਾਤਮੇ ਬਿਰਰੁਲ ਵਾਲਿਦੈਨ ਬਿਰਰੁਲ ਵਾਲਿਦੈਨ, ਐ ਮੇਰੇ ਅਬਦੁੱਲਾ ਬਿਨ ਮਸੂਦ ਆਪਣੀ ਕਿਬਰਿਆਈ ਤੋਂ ਬਾਅਦ, ਅੱਲਾ ਪਾਕ ਨੂੰ ਆਪਣੀ ਅਡਵਾਈ ਤੋਂ ਬਾਅਦ, ਆਪਣੀ ਤੋਹੀਦ ਤੋਂ ਬਾਅਦ, ਆਪਣੀ ਇਬਾਦਤ ਤੋਂ ਬਾਅਦ, ਅਗਰ ਅੱਲਾ ਪਾਕ ਨੂੰ ਸਭ ਤੋਂ ਜ਼ਿਆਦਾ ਕਿਸੇ ਨਾਲ ਪਿਆਰੇ, ਵਾਲਿਦੈਨ ਦੇ ਅਦਬ ਦੇ ਨਾਲ ਪਿਆਰੇ, ਵਾਲਿਦੈਨ ਦੇ ਇਖਤਰਾਮ ਦੇ ਨਾਲ ਪਿਆਰੇ, ਬੁੱਢੀ ਮਾਂ ਦੇ ਨਾਲ ਅਦਬ ਦੇ ਨਾਲ, ਪੇਸ਼ਾਵਨੇ ਨਾਲ ਪਿਆਰੇ, ਬਾਪ ਦੇ ਨਾਲ ਅਦਬ ਦੇ ਨਾਲ, ਪੇਸ਼ਾਵਨੇ ਨਾਲ ਪਿਆਰੇ, ਓਏ ਆਪਣੀ ਮਾਂ ਨੂੰ ਪਰੇਸ਼ਾਨ ਨਾ ਕਰਿਆ ਕਰੋ, ਆਪਣੇ ਬਾਪ ਨੂੰ ਪਰੇਸ਼ਾਨ ਨਾ ਕਰਿਆ ਕਰੋ। ਅੱਲਾ ਦੀ ਕਸਮੇ ਇਹ ਨਿਮਤਾਂ ਬਾਰ ਬਾਰ ਨਹੀਂ ਲੱਭਿਆ ਕਰਦੀਆਂ, ਇਹ ਮੌਕੇ ਬਾਰ ਬਾਰ ਨਹੀਂ ਆ ਕਰਦੇ, ਇਹ ਬਹਾਰਾਂ ਬਾਰ ਬਾਰ ਨਹੀਂ ਆ ਕਰਦੀਆਂ। ਇਸੇ ਕਰਕੇ ਕਹਿਣ ਵਾਲਾ ਕਹਿੰਦਾ ਆ ਗੌਰ ਕਰੀ ਦੋਸਤਾਂ, ਦੁਨੀਆਂ ਅੰਦਰ ਮਾਂ ਪਿਓ ਵਰਗੀ ਤੇ ਹੋਰ ਨਾ ਨਿਮਤ ਕੋਈ, ਜੇ ਟੁਰ ਗਏ ਤੇ ਫਿਰ ਪਛਤਾਈ, ਪਰ ਵੇਲਾ ਲੰਘ ਗਿਓ ਕਦਰ ਕਰ ਲੈ, ਜੇ ਮੁੱਲ ਪਾ ਲੈ ਤੇ ਜਿੰਨਾ ਮੁੱਲ ਪਾਏ ਨੇ ਅੱਲਾ ਦੀ ਕਸਮੇ, ਅੱਲਾ ਪਾਕ ਨੇ ਸੁਰਖਰੂ ਕਰਕੇ ਰੱਖ ਦਿੱਤਾ ਏ। ਓਏ ਮੇਰਾ ਕੀਤਾ ਏ ਆ, ਮੇਰਾ ਇਮਾਨ ਏ ਆ, ਅਗਰ ਤੂੰ ਬਿਮਾਰ ਹੋ ਗਿਆ, ਸਾਲਾ ਸਾਲ ਲੰਘ ਗਏ ਨੇ, ਆਰਾਮ ਨਹੀਂ ਆਉਂਦੇ ਪੈਰ, ਤੇਰੀ ਮਾਂ ਜ਼ਿੰਦਾ ਏ, ਤੇਰਾ ਬਾਬੁਲ ਜ਼ਿੰਦਾ ਏ, ਆਪਣੇ ਪੈਰ ਬਾਪ ਦੇ ਧੋ ਕੇ, ਆਪਣੇ ਬਾਪ ਦੇ ਪੈਰ ਧੋ ਕੇ ਪੀਣਾ ਤੇਰਾ ਕੰਮ ਏ। ਅੱਲਾ ਦੀ ਕਸਮੇ ਸ਼ਿਫਾਵਾਂ ਦੇਣਾ ਮੇਰੇ ਅਸਮਾਨ ਵਾਲੇ ਅੱਲਾ ਦਾ ਕੰਮ ਏ। ਵੈਸੇ ਬੰਦੇ ਨੂੰ ਆਪਦੇ ਰਾਹ ਦੱਸਣੇ ਨਹੀਂ ਚਾਹੀਦੇ, ਲੇਕਿਨ ਇੱਕ ਗੱਲ ਤੁਹਾਨੂੰ ਦੱਸ ਦਿਆਂ, ਜਦੋਂ ਮੈਂ ਕਿਤਾਬਤ ਦੇ ਫੀਲਡ 'ਚ ਆਇਆ ਸੀ ਨਾ, ਅੱਲਾ ਰਿਆਕਾਰੀ ਤੋਂ ਮਹਿਫੂਜ਼ ਫਰਮਾਏ, 100 ਵਾਰ ਅੱਲਾ ਮਹਿਫੂਜ਼ ਫਰਮਾਏ, ਅੱਲਾ ਇਖਲਾਸ ਦੀ ਦੌਲਤ ਨਾਲ ਮਾਲਾ ਮਾਲ ਫਰਮਾਏ। ਸ਼ੁਰੂ 'ਚ ਨਾ ਜਨਾਬ ਮੇਰੇ ਕੋਲ ਜੁਮਾ ਨਹੀਂ ਪੜ੍ਹਾਇਆ ਜਾਂਦਾ, ਵੱਲਾ ਮੈਂ ਮਸਜਿਦ 'ਚੋਂ ਬਹਿ ਕੇ ਗੱਲ ਕਰਨ ਲੱਗਾ ਅਤੇ ਮੈਂ ਜਿਹੜਾ ਕੰਮ ਕੀਤਾ ਸੀ ਨਾ ਉਹ ਤੁਹਾਨੂੰ ਦੱਸਣ ਲੱਗਾ ਕਿ ਮੇਰਾ ਜਨਾਬ ਨਾ ਗਲਾ ਸਾਥ ਨਹੀਂ ਦਿੰਦਾ ਸੀ, ਜਿਸਮ ਸਾਥ ਨਹੀਂ ਦਿੰਦਾ, ਮੈਂ ਆਪਦੀ ਮਾਂ ਦੇ ਪੈਰ ਧੋ ਕੇ ਪੀਤੇ, ਅੱਲਾ ਨੇ ਸਾਰੇ ਮਾਮਲੇ ਸਿੱਧੇ ਫਰਮਾ ਦਿੱਤੇ। ਔਰ ਕਾਇਨਾਤ ਦੇ ਰੱਬ ਦੀ ਕਸਮ ਏ, ਮੈਂ ਇਸ ਮਸਜਿਦ 'ਚੋਂ ਬਹਿ ਕੇ ਕਹਿਣਾ ਵਾ, ਜਿਹੜੀ ਮਾਂ ਦੀ ਦੁਆ ਅਸਰ ਕਰਦੀ ਏ, ਸਾਰੇ ਜਹਾਨ ਦੇ ਲੋਕ ਇਕੱਠੇ ਹੋ ਜਾਣ, ਅੱਲਾ ਦੀ ਕਸਮ ਏ, ਮਾਂ ਦੀ ਦੁਆ ਦਾ ਮੁਕਾਬਲਾ ਹੀ ਨਹੀਂ ਕਰ ਸਕਦੇ। ਕਿੱਥੇ ਯਾਦ ਆ ਗਏ ਅੱਛਾ ਹਜ਼ਰਤ ਅਬਦੁਲ ਰਸ਼ੀਦ ਮੁਜਾਹਦਾਬਾਦੀ ਸਾਹਿਬ, ਦੁਆ ਕਰ ਅੱਲਾ ਉਮਰ ਚੋਂ ਬਰਕਤਾਂ ਨਾਦਲ ਫਰਮਾ ਦੇ। ਅਗਰ ਸਾਹਿਬ ਕੋਲ ਇੱਕ ਦਿਨ ਬੈਠਾ ਤੇ ਬਾਤ ਸੁਣਨ ਲੱਗੇ ਨਾ, ਕਹਿੰਦੇ ਕਿ ਨੇ ਪੁੱਤਰਾ ਇੱਕ ਦਿਨ ਮੈਂ ਰਾਮਗੜ੍ਹ ਚੋਂ ਜੁਮਾ ਪੜਾਉਂਦਾ ਪਿਆ ਵਾ, ਅੱਲਾ ਕੋ ਅਕਬਰ ਅੱਲਾ ਰਾਮਗੜ੍ਹ ਦਾ ਮਿੰਬਰ ਏ। ਹਜ਼ਰਤ ਅਬਦੁਲ ਰਸ਼ੀਦ ਮੁਜਾਹਦਾਬਾਦੀ ਸਾਹਿਬ ਅੱਜ ਵੀ ਹਯਾਤ ਨੇ, ਅੱਲਾ ਉਮਰ ਚੋਂ ਬਰਕਤਾਂ ਨਾਦਲ ਫਰਮਾਏ ਨਾ, ਕਹਿੰਦੇ ਕਿ ਨੇ ਇੱਕ ਦਿਨ ਜੁਮਾ ਪੜਾਉਂਦੇ ਆ
ਪੜਾਉਂਦਿਆਂ ਮੈਂ ਬਾਤ ਕਹਿ ਦਿੱਤੀ ਲੋਗੋ ਅਗਰ ਕਿਸੇ ਨੂੰ ਕੋੜੀ ਪਈ ਹੋਵੇ ਨਾ ਅਗਰ ਕਿਸੇ ਨੂੰ ਕੋੜੀ ਪਈ ਹੋਵੇ ਨਾ ਰਾਤ ਨੂੰ ਉੱਠ ਕੇ ਆਪਣੀ ਮਾਂ ਦੀ ਜੁੱਤੀ ਸਿਰ ਤੇ ਰੱਖ ਕੇ ਅਸਮਾਨ ਵਾਲੇ ਗੁਣ ਦੁਆਵਾਂ ਕਰੇ ਨਾ ਅੱਲਾ ਪਾਕ ਤੰਦਰੁਸਤੀਆਂ ਤਾਂ ਫਰਮਾ ਦਿੰਦੇ ਨੇ ਇਸੇ ਮਜਲਿਸ ਚੋਂ ਹੀ ਇੱਕ ਨਜ਼ੀਰ ਹਲਵਾਈ ਨਾਮੀ ਬੰਦਾ ਬੈਠਾ ਹੋਇਆ ਅੱਲਾ ਕੋ ਅਕਬਰ ਅੱਲਾ ਇਹ ਨਜ਼ੀਰ ਹਲਵਾਈ ਨੂੰ ਕੋੜੀ ਪਈ ਹੋਈ ਹੈ ਅੱਧੀ ਰਾਤ ਦਾ ਟਾਈਮ ਹੈ ਇਹਦੇ ਪੁੱਤਰ ਵੀ ਸੁੱਤੇ ਪਏ ਨੇ ਸਾਰੇ ਸੁੱਤੇ ਪਏ ਨੇ ਇਹਨੇ ਮਾਂ ਦੀ ਜੁੱਤੀ ਸਿਰ ਤੇ ਰੱਖੀ ਹੈ ਅਸਮਾਨ ਵਾਲੇ ਕੋਲੋਂ ਦੁਆਵਾਂ ਕਰਦਾ ਪਿਆ ਅੱਲਾ ਸੋਹਣਿਆ ਮੈਨੂੰ ਸ਼ਿਫਾਵਾਂ ਤਾਂ ਫਰਮਾ ਦੇ ਇਹਨੇ ਮਾਂ ਦੀ ਜੁੱਤੀ ਸਿਰ ਤੇ ਰੱਖ ਕੇ ਦੁਆ ਕੀਤੀ ਅੱਲਾ ਨੇ ਸ਼ਿਫਾਵਾਂ ਤਾਂ ਫਰਮਾ ਦਿੱਤੀਆਂ ਓਏ ਵੀਰਾ ਮਾਂ ਨੂੰ ਇੰਜ ਨਾ ਜਾਣਨਾ ਇਹ ਮਾਂ ਬੜੀ ਕੀਮਤੀ ਏ ਇਹ ਬਾਬਲ ਬੜਾ ਕੀਮਤੀ ਏ ਮੇਰੇ ਨਬੀ ਕੋਲੇ ਗਾ ਗਿਆ ਨਾ ਆ ਕੇ ਪੁੱਛਦਾ ਕੀ ਏ ਆ ਗੌਰ ਕਰੀ ਦੋਸਤਾ ਮਨ ਆ ਹੱਕੂ ਬੀ ਹੁਸਨੀ ਸਹਾਬਤੀ ਮਨ ਆ ਹੱਕੂ ਬੀ ਹੁਸਨੀ ਸਹਾਬਤੀ ਮਹਿਬੂਬਾ ਮੇਰੀ ਜਨਾਬ ਸਭ ਤੋਂ ਜ਼ਿਆਦਾ ਹੁਸਨੇ ਸਰੂਪ ਕਿੰਦੇ ਨਾਲ ਕਰਾਣਾ ਸਭ ਤੋਂ ਜ਼ਿਆਦਾ ਅਦਬ ਕਿੰਦਾ ਕਰਾਂ ਸਭ ਤੋਂ ਜ਼ਿਆਦਾ ਇਤਰਾਮ ਕਿੰਦਾ ਕਰਾਂ ਸਭ ਤੋਂ ਜ਼ਿਆਦਾ ਪਿਆਰ ਕਿੰਦਾ ਕਰਾਣਾ ਮੈਂ ਸਦਕੇ ਜਾਵਾਂ ਉਸ ਪੈਗੰਬਰ ਤੋਂ ਉਹਦੀ ਜ਼ਬਾਨ ਚੋਂ ਜਦੋਂ ਵੀ ਨਿਕਲਿਆ ਹੱਕ ਹੀ ਨਿਕਲਿਆ ਏ ਉਹ ਆਪਣੀਆਂ ਮਰਜ਼ੀਆਂ ਨਾਲ ਨਹੀਂ ਬੋਲਿਆ ਕਰਦਾ ਉਹ ਕਦੋਂ ਬੋਲਦਾ ਵਾ ਮਾ ਯੰਤੀ ਕੁਅਨਿਲ ਹਵਾਮ ਇਨ ਕੁਵਾ ਇਲਾ ਵਗਰੂਗਾ ਇਹਦਾ ਤਰਜਮਾ ਕੀ ਏ ਓਏ ਉਹਦੇ ਲੱਭਾਂ ਉੱਤੇ ਰੱਬ ਬੋਲਦਾ ਜੇ ਹਾਂਜੀ ਬੋਲਦਾ ਨਾ ਮੇਰਾ ਮੁਸਤਫਾ ਆਪਣੀ ਮਰਜ਼ੀ ਨਾਲ ਬੋਲਦਾ ਨਹੀਂ ਬੋਲਦਾ ਓਏ ਉਹਦੇ ਲੱਭਾਂ ਉੱਤੇ ਰੱਬ ਬੋਲਦਾ ਜੇ ਓ ਜਦੋਂ ਰੱਬ ਬੁਲਾਵੇ ਸੋਨਾ ਬੋਲਦਾ ਜੇ ਓ ਸੋਨਾ ਰਹਿਮਤ ਦੇ ਮੋਤੀ ਰੋਲਦਾ ਜੇ ਓਏ ਉਹਦਾ ਬੋਲਣਾ ਰੱਬ ਦਾ ਕੁਰਾਨ ਆਇਆ ਕਾਇਨਾਤ ਦਾ ਕੱਲਾ ਹੀ ਮਾਮ ਆਇਆ ਓਏ ਮਿੱਠੀ ਬੋਲੀ ਤੇ ਹੁਲਕੇ ਅਜ਼ੀਮ ਆਇਆ ਉਹ ਬਣ ਕੇ ਰੱਬ ਦਾ ਇਨਾਮ ਆਇਆ ਕਾਇਨਾਤ ਦਾ ਪਿਆਰਾ ਇਮਾਮ ਆਇਆ ਇਹ ਆ ਕੇ ਪੁੱਛਦਾ ਮਹਿਬੂਬਾ ਕਹਿੰਦੇ ਨਾਲ ਨੇ ਕੀ ਕਰਾਂ ਆਪ ਪ੍ਰਮੰਦ ਨੇ ਉਮੂ ਕਾਮ ਆਪਣੀ ਮਾਂ ਦੇ ਨਾਲ ਨੇ ਕੀ ਕਰਨਾ ਇਹ ਫਿਰ ਪੁੱਛਦਾ ਸੁਮਾ ਸੋਹਣਿਆ ਫਿਰ ਕਹਿੰਦੇ ਨਾਲ ਨੇ ਕੀ ਕਰਾਂ ਆਪ ਪ੍ਰਮੰਦ ਨੇ ਉਮੂ ਕਾਮ ਇਹ ਤੀਸਰੀ ਵਾਰ ਪੁੱਛਦਾ ਮਹਿਬੂਬਾ ਕਹਿੰਦੇ ਨਾਲ ਨੇ ਕੀ ਕਰਾਂ ਆਪ ਪ੍ਰਮੰਦ ਨੇ ਆਪਣੀ ਮਾਂ ਦੇ ਨਾਲ ਨੇ ਕੀ ਕਰਨਾ ਇਹ ਚੌਥੀ ਵਾਰ ਪੁੱਛਦਾ ਆਪ ਪ੍ਰਮੰਦ ਨੇ ਅਬੂ ਕਾਮ ਆਪਣੇ ਬਾਪ ਦੇ ਨਾਲ ਉਸਨੇ ਸਲੂਕ ਕਰਨਾ ਮੇਰੇ ਨਬੀ ਨੇ ਤਿੰਨ ਵਾਰੀ ਮਾਂ ਦਾ ਤਦਕਰਾ ਕੀਤਾ ਕਿਉਂਕਿ ਮਾਂ ਦੀ ਨਿਮਤ ਹੀ ਬੜੀ ਅਜੀਬ ਏ ਮਾਂ ਨੇ ਤੈਨੂੰ ਆਪਣੇ ਪੇਟ ਚੋਂ ਰੱਖਿਆ ਨਾ ਆਪਣੀ ਛਾਤੀ ਦਾ ਦੁੱਧ ਪਿਲਾਇਆ ਨਾ ਆਪਣਾ ਖੂਨ ਝੋੜ ਕੇ ਤੈਨੂੰ ਪਿਲਾਇਆ ਅੱਲਾ ਕੋ ਅਕਬਰ ਅੱਲਾ ਅੱਜ ਜਵਾਨ ਹੋ ਗਿਆ ਏ ਅੱਜ ਬੁੱਢੀ ਮਾਂ ਨੂੰ ਬਾਤਾਂ ਕਰਨਾ ਅੱਜ ਬੁੱਢੇ ਬਾਪ ਨੂੰ ਬਾਤਾਂ ਕਰਨਾ ਓਏ ਨਾ ਕਰਿਆ ਕਰ ਨਾ ਕਰਿਆ ਕਰ ਮਾਂ ਕਿਹੋ ਜੀ ਨਿਮਤ ਓਏ ਮਾਂ ਇੱਕ ਬਾਗ ਬਖਿਸ਼ਤ ਦਾ ਬੂਟਾ ਓਏ ਮਾਂ ਇੱਕ ਬਾਗ ਬਖਿਸ਼ਤ ਦਾ ਬੂਟਾ ਤੇ ਠੰਡੀ ਏ ਜਿਸ ਦੀ ਚਾਂ ਓਏ ਦਰ ਦਰ ਤੱਕੇ ਮਿਲਣੇ ਉਹਨਾਂ ਨੂੰ ਤੇ ਮਰ ਜਾ ਜਿਸ ਦੀ ਮਾਂ ਤੇ ਮਾਵਾਂ ਵਾਲੇ ਮਾਵਾਂ ਅੱਗੇ ਸੌ ਸੌ ਲਾਡ ਲੁਟਾਵਨ ਓਏ ਰੋਕਰ ਮੋਈਆਂ ਮਾਵਾਂ ਵਾਲੇ ਆਪੇ ਚੁੱਪ ਕਰ ਜਾਵਨ ਤੇ ਚਿੜਕੀ ਨਾ ਯਤੀਮ ਕਿਸੇ ਨੂੰ ਤੇ ਚਿੜਕੀ ਨਾ ਯਤੀਮ ਕਿਸੇ ਨੂੰ ਤੇ ਮਰ ਜਾ ਜਿਸ ਦੀ ਮਾਈ ਓਏ ਮਾਵਾਂ ਬਾਜ ਯਤੀਮਾਂ ਕਾਰਨ ਆਸ ਉਮੀਦ ਨਕਾਈ ਇਹ ਤਾਂ ਉਹ ਨਿਮਤਾਂ ਨੇ ਜਿੰਦੀ ਖਾਤਰ ਮੇਰੇ ਮੁਸਤਫਾ ਵੀ ਤਰਸਦੇ ਰਹਿਣਾ ਆ ਗੌਰ ਕਰ ਅੱਲਾ ਦੇ ਬਾਪ ਪੈਗੰਬਰ ਜਨਾਬ ਮੁਹੰਮਦ
सल्लल्लाहु अलैहि वसल्लम मेरे मुस्तफा गालबन हज करके वापस जा रहे ने। चलते हैं चलते हैं आप सलाम अबवा नमी जगह से पहुंचे नाम मेरे नबी ने कटेरी वेखी आप सलाम ने अपनी डाची दा रुख उधर नु मोड़ दिता है। मेरे मुस्तफा अपनी डाची तो थले उतरे ने मेरे नबी ने इस टेरी से बह के रोना शुरू कर दिता है। हज़रत उमर फारूक भी कोल ने मेरे नबी रोई जा रहे ने इना रोए ना जमीन आंसुआ दे नाल तर हो गई। हज़रत उमर फारूक कहते ने महबूबा क्यों रोंदे पै जे रोन वालियां बातां ने ते सानू भी दसो। आप फरमांदे ने उमर तेनू नहीं पता है मेरी मां आमीना दी कबरे अज मेरे नबी नू ओ जमाने याद आ गए ने ओ मां वालियां मुहब्बतां याद आ रहियां ने अज मेरे मुस्तफा नू मां वाले प्यार याद आ रहे ने। ए छोटी जी उम्र मेरे नबी दी छोटी जी उम्र 6 साल दे मेरे नबी ने एन करके वालदा दे नाल मक्के मदीने गए ना अपने बाप अब्दुल्ला दी कबर ते गए ना वापस आ रहे ने। चलदियां चलदियां अबवा नमी जगह ते पहुंचे अम्मा जी आमिना दी तबीयत खराब हो गई ना अल्लाह को अकबर अल्लाह हज़रत आमिना बीमार हो गया ना। उम्मे अमन लौंडी ने बड़े जतन किए बड़िया कोशिशां कीतियां ना गल बन जाए पर दोस्ता आसमान से फैसले हो चुके सन। अज मैं अपने नबी नूं दूरा यतीम कर देना है अज मैं अपने नबी नूं दूरा यतीम कर देना है। अल्लाह को अकबर अल्लाह हज़रत आमिना बीमार हुई पईआं ने हज़रत उम्मे अमन इलाज करवा रही ने पर जू जू दुआ करते गए मर्ज बढ़ता ही चला गया। अल्लाह को अकबर अल्लाह हज़रत आमिना ने वेख्या ना इंज लगता पिया अज मम्मी अपने बेटे नूं जोड़ के चली जावांगी। आप अली सलाम नूं करीब बिठा लिता गया ना इंज करके मेरे नबी नूं नेड़े कर लिता ना प्यार कर दियां पईआं ने मुहब्बत कर दियां पईआं ने मेरे नबी दे सर दे बालां चुंगलियां फेर दियां पईआं ने नारे कहिंदियां पईआं ने ऐ मेरे बेटे मोहम्मद सल्लल्लाहु अलैहि वसल्लम ऐ मेरे पुत्रम अके तां बाप वेखना नसीब नहीं होया ना अज इंज लगता पिया अज तेरा मेरा साथ खत्म होण वाला है अज इंज लगता पिया जताइयां पैण वालियां ने अज इंज लगता पिया ए साथ खत्म होण वाले ने अज इंज लगता पिया आखरी क्यारे नूं पानी लग गया है। अल्लाह को अकबर अल्लाह ते नक्शा खिंचण वाला परदेस मुकद्दर वाली ते बात बरोबर ओई आ गया वक्त जुदाइयां वाला ते दर्दों गिंजू जारी चुप कर कोल माई दे बैठा ते बैठा नबी गफारी हालत की है ना मेरे मुस्तफा दी ओए एक मासूम दूजा परदेसी ओए एक मासूम दूजा परदेसी ते रबी जाने आलम भतीजा आ गया माई कारण ते वक्त जुदाइयां वाला अम्मा जी आमिना रोंदियां पईआं होणगियां कहंदियां पईआं होणगियां आ मेरे बेटे मुहम्मद सल्लल्लाहु अलैहि वसल्लम अज मां नूं रज रज के वेख लै अज तो बाद मां दा चेहरा नजर नहीं आएगा अज अपनी मां दी आवाज सुन लै उमरां लंघ जाणगियां पर मां दी आवाज नूं तरस जाएगा अज मां दे नाल प्यार कर लै अज मां दे सीने दे नाल लग जा ए सारी उमरां सीना नहीं लभणा तू लभदा रह जाएगा।
ਮਾਂ ਦਾ ਪਿਆਰ ਨਹੀਂ ਲੱਭੇਗਾ, ਮਾਂ ਦੀ ਮੁਹੱਬਤ ਨਹੀਂ ਲੱਭੇਗੀ, ਮਾਂ ਦੀ ਬਹਾਰ ਨਹੀਂ ਲੱਭੇਗੀ, ਮਾਂ ਦੀ ਸ਼ਫਕਤ ਨਹੀਂ ਲੱਭੇਗੀ। ਆਪ ਛੋਟੇ ਛੋਟੇ ਹੱਥਾਂ ਦੇ ਨਾਲ ਐਨ ਕਰਕੇ ਆਂਸੂ ਸਾਫ਼ ਕਰਦੇ ਪਏ ਹੋਣਗੇ ਤੇ ਕਹਿੰਦੇ ਹੋਣਗੇ, ਅੰਮੀ ਜਾਨ ਹੌਸਲਾ ਕਰੋ, ਹੌਸਲਾ ਕਰੋ, ਅੱਲਾ ਜ਼ਰੂਰ ਸਬਾਬ ਪੈਦਾ ਫਰਮਾ ਦੇਣਗੇ। ਪਰ ਨਹੀਂ ਨਹੀਂ ਨਹੀਂ, ਐਨ ਕਰਕੇ ਅੰਮਾ ਜੀ ਦੁਆਵਾਂ ਦਿੰਦੀਆਂ ਪਈਆਂ ਨੇ, ਓਏ ਉਮਰ ਤੇਰੀ ਵਿੱਚ ਬਰਕਤ ਹੋਵੇ, ਓਏ ਉਮਰ ਤੇਰੀ ਵਿੱਚ ਬਰਕਤ ਹੋਵੇ, ਤੇ ਬਹੁਤ ਦੁਆ ਫਰਮਾਈ। ਦਰਦੀ ਰੋਵਨ ਹਿੰਜੂ ਬਰਸ਼ਨ, ਤੇ ਨੀਂਦ ਅਜਲ ਦੀ ਆਈ। ਅੰਮਾ ਜੀ ਆਮਿਨਾ ਨੇ ਆਖਰੀ ਖਿਚਕੀ ਲਈ ਤੇ ਮੇਰੇ ਮੁਹੰਮਦ ਦੂਰੇ ਯਤੀਮ ਹੋ ਗਏ। ਅੱਜ ਮੇਰੇ ਨਬੀ ਨੂੰ ਮਾਂ ਆਮਿਨਾ ਯਾਦ ਆ ਰਹੀਆਂ ਨੇ, ਅੱਜ ਦੋਸਤਾਂ ਮਾਵਾਂ ਨਹੀਂ ਲੱਭਿਆ ਕਰਦੀਆਂ, ਅੱਖਾਂ ਰੋਂਦੀਆਂ ਰਹਿ ਜਾਂਦੀਆਂ ਨੇ, ਮਾਵਾਂ ਮੁੜ ਕੇ ਵਾਪਸ ਨਹੀਂ ਆਇਆ ਕਰਦੀਆਂ। ਅੱਲਾ ਕੋ ਅਕਬਰ ਅੱਲਾ, ਇੱਥੇ ਬਜ਼ੁਰਗ ਵੀ ਬੈਠੇ ਨੇ, ਜਵਾਨ ਵੀ ਬੈਠੇ ਨੇ, ਅੱਜ ਜਿਨ੍ਹਾਂ ਦੀਆਂ ਮਾਵਾਂ ਟੁਰ ਗਈਆਂ ਨੇ ਉਹਨਾਂ ਕੋਲੋਂ ਪੁੱਛ ਕੇ ਵੇਖਣਾ, ਉਹਨਾਂ ਕੋਲੋਂ ਸਵਾਲ ਕਰਕੇ ਵੇਖਣਾ, ਮਾਵਾਂ ਯਾਦ ਆਉਂਦੀਆਂ ਨੇ ਕਿ ਨਹੀਂ ਆਉਂਦੀਆਂ। ਇੱਥੇ ਬਾਬੇ ਹੋ ਗਏ ਨੇ, ਮਾਵਾਂ ਨਾਲੋਂ ਵੱਡੀ ਉਮਰ ਹੋ ਗਈ ਏ, ਬਾਪ ਨਾਲੋਂ ਵੱਡੀ ਉਮਰ ਹੋ ਗਈ ਏ, ਦਾੜੀ ਸਫੇਦ ਹੋ ਗਈ ਏ, ਇਹਨੂੰ ਵੀ ਆਪਣੀ ਮਾਂ ਯਾਦ ਆ ਰਹੀ ਏ, ਆਪਣਾ ਬਾਬੂ ਯਾਦ ਆ ਰਿਹਾ। ਅੱਲਾ ਕੋ ਅਕਬਰ ਅੱਲਾ, ਈਦ ਆ ਜਾਂਦੀ ਏ, ਚਪੜਾਤ ਆ ਜਾਂਦੀ ਏ, ਇਹ ਜਨਾਬ ਆਪਣੇ ਦੋਤਰਿਆਂ ਪੋਤਰਿਆਂ ਨੂੰ ਲਾਲਚ ਲਾ ਕੇ ਐਨ ਕਰਕੇ ਵੇਲ ਲੰਘ ਕੇ ਕਬਰਸਤਾਨ ਚਲਾ ਜਾਂਦਾ, ਆਪਣੀ ਬੁੱਢੀ ਮਾਂ ਦੀ ਕਬਰ ਤੇ ਜਾ ਕੇ ਬੈਠ ਜਾਂਦਾ, ਆਪਣੇ ਬਾਪ ਦੀ ਕਬਰ ਤੇ ਬੈਠ ਜਾਂਦਾ ਤੇ ਕਹਿੰਦਾ ਕਿ ਮਾਂ ਜ ਵੇਖਣਾ ਤੇਰੇ ਪੁੱਤਰ ਤੇ ਕਿੰਨੀਆਂ ਬਹਾਰਾਂ ਨੇ, ਬਾਬੂ ਅੱਜ ਵੇਖਣਾ ਤੇਰੇ ਪੁੱਤਰ ਤੇ ਕਿੰਨੀਆਂ ਬਹਾਰਾਂ ਨੇ, ਅੱਜ ਕਾਰਾਂ ਵੀ ਮਿਲ ਗਈਆਂ ਨੇ, ਕੋਠੀਆਂ ਵੀ ਮਿਲ ਗਈਆਂ ਨੇ, ਇੱਜ਼ਤਾਂ ਵੀ ਮਿਲ ਗਈਆਂ ਨੇ, ਸ਼ੋਹਰਤਾਂ ਵੀ ਮਿਲ ਗਈਆਂ ਨੇ, ਮਾਂ ਅੱਜ ਤੇਰੀਆਂ ਲੋੜਾਂ ਸਨ ਤੂੰ ਨਜ਼ਰ ਨਹੀਂ ਆ ਰਹੀ ਏ, ਅੱਬਾ ਜਾਨ ਅੱਜ ਤੇਰੀਆਂ ਲੋੜਾਂ ਸਨ ਤੂੰ ਨਜ਼ਰ ਨਹੀਂ ਆ ਰਹੀ ਏ। ਅੱਲਾ ਕੋ ਅਕਬਰ ਅੱਲਾ, ਇਸੇ ਕਰਕੇ ਕਹਿਣ ਵਾਲਾ ਕਹਿੰਦਾ, ਓਏ ਹੁੰਦੇ ਦੁਨੀਆਂ ਤੇ ਲੱਖਾਂ ਨੇ ਸਾਗ ਯਾਰੋ, ਸਾਗ ਬੜੇ ਬੜੇ ਨੇ, ਪਿਆਰ ਕਰਨ ਵਾਲੇ ਬੜੇ ਬੜੇ ਨੇ, ਮੁਹੱਬਤਾਂ ਕਰਨ ਵਾਲੇ ਬੜੇ ਬੜੇ ਨੇ। ਅੱਲਾ ਦੀ ਕਸਮੇ, ਬੀਵੀ ਨੂੰ ਖਾਮਦ ਨਾਲ ਬੜਾ ਪਿਆਰ, ਆਮਦ ਨੂੰ ਬੀਵੀ ਨਾਲ ਬੜਾ ਪਿਆਰ, ਬੱਚਿਆਂ ਨੂੰ ਬਾਪ ਨਾਲ ਬੜਾ ਪਿਆਰ, ਪਰ ਮਾਂ ਦਾ ਪਿਆਰ ਕੋਈ ਪਿਆਰ ਨਹੀਂ ਲੱਭ ਸਕਦਾ। ਮਾਂ ਕਿਹੋ ਜਿਹਾ ਪਿਆਰ ਕਰਦੀ, ਤੂੰ ਘਰੋਂ ਬਾਹਰ ਚਲਾ ਗਿਆ, ਐਨ ਕਰਕੇ ਤੂੰ ਘਰੋਂ ਬਾਹਰ ਚਲਾ ਗਿਆ, ਮਾਂ ਤਲ ਕੁਰਸੀਆਂ ਪੜ ਪੜ ਕੇ ਫੂਕਾਂ ਮਾਰਦੀ ਪਈ ਏ। ਮਾਂ ਕਹਿੰਦੀ ਪਈ ਏ, ਅੱਲਾ ਸੋਹਣਿਆ ਮੇਰਾ ਪੁੱਤਰ ਖੈਰੀ ਵਾਪਸ ਆਏ, ਅੱਲਾ ਸੋਹਣਿਆ ਮੇਰੇ ਪੁੱਤਰ ਨੂੰ ਖੈਰੀ ਵਾਪਸ ਲੈ ਕੇ ਆਈ। ਅੱਲਾ ਅਕਬਰ ਅੱਲਾ, ਰਾਤ ਹੋ ਜਾਂਦੀ ਏ, ਸ਼ਾਮਾਂ ਪੈ ਜਾਂਦੀਆਂ ਨੇ, ਰਾਤ ਹੋ ਜਾਂਦੀ ਏ, ਤੇਰੀ ਬੀਵੀ ਵੀ ਸੌਂ ਜਾਂਦੀ ਏ, ਤੇਰੇ ਬੱਚੇ ਵੀ ਸੌਂ ਜਾਂਦੇ ਨੇ, ਪਰ ਮਾਂ ਨਹੀਂ ਸੌਂਦੀ, ਮਾਂ ਜਾਗਦੀ ਰਹਿੰਦੀ ਏ। ਕਹਿੰਦੀ ਅੱਲਾ ਸੋਹਣਿਆ ਮੇਰਾ ਪੁੱਤਰ ਖੈਰੀ ਆਵੇ ਨਾ, ਮੈਨੂੰ ਨੀਂਦਰਾਂ ਕਿੱਥੋਂ ਆ ਸਕਦੀਆਂ ਨੇ, ਮੇਰੇ ਦਿਲ ਦਾ ਟੁਕੜਾ ਤਾਂ ਬਾਹਰ ਫਿਰਦਾ ਪਿਆ ਏ, ਮੇਰੇ ਜਿਗਰ ਦਾ ਗੋਸ਼ਾ ਤਾਂ ਬਾਹਰ ਫਿਰਦਾ ਪਿਆ ਏ, ਇਹ ਮੁਹੱਬਤ ਕਰ ਸਕਦੀ ਇੱਥੇ ਮਾਂ ਹੀ ਕਰ ਸਕਦੀ ਏ। ਓਏ ਹੁੰਦੇ ਦੁਨੀਆਂ ਤੇ ਲੱਖਾਂ ਨੇ ਸਾਖ ਯਾਰੋ, ਓਏ ਨਹੀਂ ਸਾਖ ਜੇ ਮਾਂ ਦੇ ਸਾਖ ਵਰਗਾ, ਓਏ ਪੁੱਤਰ ਭਾਵੇਂ ਜ਼ਮਾਨੇ ਦਾ ਫਰੀ ਗੋਵੇ, ਓਏ ਪੁੱਤਰ ਭਾਵੇਂ ਜ਼ਮਾਨੇ ਦਾ ਫਰੀ ਗੋਵੇ, ਓਏ ਨਹੀਂ ਉਹ ਨੇਕ ਮਾਂ ਦੇ ਪੈਰਾਂ ਦੀ ਖਾਕ ਵਰਗਾ, ਓਏ ਹੁੰਦੇ ਜੱਗ ਤੇ ਬੰਦੇ ਦੇ ਲੱਖਾਂ ਸਾਏ, ਓਏ ਨਹੀਂ ਸਾਇਆ ਕੋਈ ਜੱਗ ਤੇ ਬਾਪ ਵਰਗਾ। ਅੱਲਾ ਕਦਰ ਦੀ ਤੌਫੀਕ ਅਤਾ ਫਰਮਾ, ਤੂੰ ਜਿਨ੍ਹਾਂ ਨੂੰ ਹਕੀਰ ਸਮਝੇ, ਪਰ ਜਿਹੜੀ ਮਾਂ ਦੇ ਮੂੰਹ ਤੇ ਤਮਾਚੇ ਮਾਰੇ, ਜਿਹੜੇ ਬਾਪ ਨੂੰ ਗਾਲੀਆਂ ਕੱਢੇ, ਜਿਹੜੀ ਮਾਂ ਨੂੰ ਕਵੇਂ ਤੂੰ ਮੇਰੇ ਲਈ ਕੀ ਕੀਤਾ, ਪਰ ਜਿਹੜੇ ਬਾਪ ਨੂੰ ਕਵੇਂ ਤੂੰ ਮੇਰੇ ਲਈ ਕੀ ਬਣਾਇਆ, ਆਪ ਤੈਨੂੰ ਦੱਸਾਂ ਉਸ ਬਾਰੇ ਤੈਨ ਦਾ ਕਿੰਨੀ ਸ਼ਾਨ ਏ, ਅੱਲਾ ਪਾਕ ਨੇ ਕਿੰਨਾ ਮੁਕਾਮ ਬਣਾ ਦਿੱਤਾ ਏ। ਅੱਲਾ ਪਾਕ ਨੇ ਉਹ ਕੁਰਾਨ ਜਿਹੜਾ ਮੇਰੇ ਮੁਸਤਫਾ ਤੇ ਨਾਜ਼ਲ ਕੀਤਾ ਏ, ਅੱਲਾ ਫਰਮਾਨ ਨੇ ਅੱਲਾ ਤਾਬੂਦੂ ਇਲਾ ਇਯਾਹੂ ਵਾ ਬਿਲ ਵਾਲਿਦੈਨ ਇਹਸਾਨਾ।
ਸਲਾਮ ਐ ਮੇਰੇ ਇਨਸਾਨ ਐ ਮੇਰੀ ਮਖਲੂਕ ਕਿਤੇ ਬੋਲਣਾ ਜਾਵੀ ਨਾਮ ਕਿਤੇ ਬੋਲਣਾ ਜਾਵੀ ਨਾਮ ਜਿਵੇਂ ਮੇਰੇ ਤੋਂ ਇਲਾਵਾ ਸ਼ਿਰਕ ਕਰਨ ਵਾਲੇ ਨੂੰ ਮੁਆਫ ਨਹੀਂ ਕਰਨਾ ਇਵੇਂ ਮਾਪਿਆਂ ਦੇ ਗੁਸਤਾਖ ਨੂੰ ਮੁਆਫ ਨਹੀਂ ਕਰਨਾ ਇਵੇਂ ਮਾਪਿਆਂ ਦੇ ਬੇਅਦਬ ਨੂੰ ਮੁਆਫ ਨਹੀਂ ਕਰਨਾ ਤੇ ਮੇਰੇ ਨਬੀ ਇੱਕ ਦਿਨ ਬੈਠੇ ਹੋਏ ਨੇ ਸਰਕਾਰ ਅਲੀ ਸਲਾਤੋ ਸਲਾਮ ਬੈਠੇ ਹੋਏ ਨੇ ਸਿਆਬਾ ਵੀ ਬੈਠੇ ਹੋਏ ਨੇ ਆਪ ਪਰਮਾਤਮਾ ਨੇ ਸਿਆਬਾ ਸੁਣਿਆ ਜੇ ਸੁਣਿਆ ਜੇ ਸੁਣਿਆ ਜੇ ਸਿਆਬਾ ਕਹਿੰਦੇ ਨੇ ਸੋਹਣਿਆ ਕੀ ਹੁਕਮ ਏ ਸਿਆਬਾ ਤਾਂ ਅੱਗੇ ਜਾਂਦੇ ਸਨ ਸੋਹਣਾ ਬੋਲਦਾ ਰਵੇ ਤੇ ਅਸੀਂ ਸੁਣਦੇ ਰਹੀਏ ਸੋਹਣਾ ਸਾਡੇ ਸਾਹਮਣੇ ਬੈਠਾ ਰਵੇ ਅਸੀਂ ਵੇਖਦੇ ਰਹੀਏ ਨਾ ਸਿਆਬਾ ਦਾ ਕੀਤਾ ਕੀ ਏ ਦਿਲ ਨਬੀ ਦੇ ਨਜ਼ਾਰੇ ਕੋਲੋਂ ਰੱਜਦਾ ਹੀ ਨਹੀਂ ਦੁਆ ਕਰੋ ਅੱਲਾ ਖਵਾਬ ਚੋਂ ਹੀ ਜ਼ਿਆਰਤਾਂ ਨਸੀਬ ਫਰਮਾ ਦੇ ਆਪ ਅਲੀ ਸਲਾਮ ਨੂੰ ਅੱਲਾ ਨੇ ਨਾ 14 ਤਬਕਾਂ ਚੋਂ ਸਭ ਤੋਂ ਸੋਹਣਾ ਬਣਾਇਆ ਤੇ ਮੇਰਾ ਮੁਹੰਮਦ ਬਣਾ ਦਿੱਤਾ ਅੱਗੇ ਸ਼ਾਹ ਉਸਮਾਨ ਸਾਹਿਬ ਦੱਸ ਰਿਹਾ ਸਨ ਮਮੀ ਸਾਹਿਬ ਆ ਦਿਆਂ ਕਿੱਡਾ ਸੋਹਣਾ ਕਹਿਣ ਵਾਲਾ ਕਹਿੰਦਾ ਓਏ ਕੱਦ ਕਾਠ ਸੋਹਣਾ ਤੇ ਬੰਤਰ ਬਨਾਵਟ ਓਏ ਕੱਦ ਕਾਠ ਸੋਹਣਾ ਤੇ ਬੰਤਰ ਬਨਾਵਟ ਅਤਮ ਹੋ ਗਈ ਸੋਨੇ ਦੇ ਉੱਤੇ ਸਜਾਵਟ ਓਏ ਕਿਸੇ ਮਾਂ ਨੇ ਅੱਜ ਤੱਕ ਅਯੋ ਜਿਹਾ ਸੋਹਣਾ ਨਹੀਂ ਜਣਿਆ ਜਿਵੇਂ ਆਪਣੀ ਮਰਜ਼ੀ ਮੁਤਾਬਕ ਹੈ ਬਣਿਆ ਮੁਸੱਵਰ ਨੇ ਬਸ ਇਮਤਿਹਾ ਕਰ ਸੁੱਟੀ ਓਏ ਕਿੱਡੀ ਰੀਝ ਨਾਲ ਤਸਵੀਰ ਕੱਟੀ ਹਸੀਨਾ ਜਮੀਲਾ ਦਾ ਮੂੰਹ ਮੋੜ ਦਿੱਤਾ ਮੁਹੰਮਦ ਬਣਾ ਕੇ ਤੇ ਕਲਮ ਤੋੜ ਦਿੱਤਾ ਆਪ ਅਲੀ ਸਲਾਮ ਫਰਮਾਉਂਦੇ ਨੇ ਐ ਮੇਰੇ ਸਿਆਬਾ ਬੈਠਿਆ ਜੇ ਸਿਆਬਾ ਅੱਗੇ ਜਾਂਦੇ ਨੇ ਓਏ ਦਿਲ ਨਬੀ ਦੇ ਨਜ਼ਾਰੇ ਕੋਲੋਂ ਰੱਜਦਾ ਹੀ ਨਹੀਂ ਓਏ ਸਾਨੂੰ ਜੱਗ ਵਿੱਚ ਹੋਰ ਕੋਈ ਲੱਭਦਾ ਹੀ ਨਹੀਂ ਓਏ ਮੇਰੇ ਨਬੀ ਦੀ ਜ਼ਬਾਨ ਸਾਡੇ ਵਾਸਤੇ ਕੁਰਾਨ ਹੋਰ ਕਿਸੇ ਦਾ ਬਿਆਨ ਚੰਗਾ ਲੱਗਦਾ ਹੀ ਨਹੀਂ ਆਪ ਫਰਮਾਉਂਦੇ ਨੇ ਸਿਆਬਾ ਬਿਆਹ ਦੇ ਸਿਆਬਾ ਕਹਿੰਦੇ ਨੇ ਮੈਂ ਬੂਬਾ ਕੀ ਬਾਤ ਹੈ ਆਪ ਫਰਮਾਉਂਦੇ ਨੇ ਰਾਵੀ ਮਾਂ ਨੂੰ ਫੁਗੂ ਉਹ ਬੰਦੇ ਦਾ ਨਗ ਖਾ ਕਲੂ ਦੋ ਜੈ ਮਹਿਬੂਬਾ ਤੁਸੀਂ ਤਾਂ ਕਦੀ ਬਦੁਆਵਾਂ ਨਹੀਂ ਦਿੱਤੀਆਂ ਅੱਜ ਕਾਂਦੀਆਂ ਲੋੜਾਂ ਪੈ ਗਈਆਂ ਨਾ ਬਦੁਆਵਾਂ ਦਿੰਦੀਆਂ ਉਹ ਨਬੀ ਪੱਤਰ ਖਾ ਕੇ ਵੀ ਬਦੁਆਵਾਂ ਨਹੀਂ ਦਿੱਤਾ ਕਰਦਾ ਉਹਨਾਂ ਦੇ ਚੱਚੇ ਨੂੰ ਕਤਲ ਕਰ ਦਿੱਤਾ ਸ਼ਹੀਦ ਕਰ ਦਿੱਤਾ ਜਾਂਦਾ ਚੱਚਾ ਸ਼ਹੀਦ ਕਰਵਾ ਕੇ ਵੀ ਬਦੁਆਵਾਂ ਨਹੀਂ ਕਰਦਾ ਉਹ ਪੈਗੰਬਰ ਆਪਣੀਆਂ ਬੇਟੀਆਂ ਸ਼ਹੀਦ ਕਰਵਾ ਕੇ ਵੀ ਬਦੁਆਵਾਂ ਨਹੀਂ ਕਰਦਾ ਅੱਜ ਕਿਉਂ ਮੇਰੇ ਨਬੀ ਬਦੁਆ ਕਰਦੇ ਪੈਣੇ ਰਾਗੀ ਮਾਂ ਨੂੰ ਉਹ ਬੰਦੇ ਦਾ ਨੱਕ ਖਾ ਕਲੂ ਦੋ ਜੈ ਮਹਿਬੂਬਾ ਕਿਹੜਾ ਬੰਦਾ ਨਬੀ ਪਾਕ ਨੇ 3 ਵਾਰੀ ਫਰਮਾਇਆ ਆਪ ਫਰਮਾਉਂਦੇ ਨੇ ਜਿੰਦੇ ਮਾਂ ਪਿਓ ਜ਼ਿੰਦਾ ਹੋਣ ਇਹਦੇ ਮਾਂ ਇਹਦੇ ਸਾਹਮਣੇ ਬੁੱਢੀ ਹੋ ਗਈ ਇਹਦਾ ਬਾਬਰ ਬੁੱਢਾ ਹੋ ਗਿਆ ਨਾ ਇਹਨੇ ਆਪਣੇ ਮਾਪਿਆਂ ਦੀ ਕਦਰ ਨਹੀਂ ਕੀਤੀ ਅੱਲਾ ਕਰਕੇ ਉਹ ਬੰਦਾ ਤਬਾਹ ਬਰਬਾਦ ਹੋ ਜੈ ਉਹਦਾ ਸੱਤਿਆ ਨਾਸ ਹੋ ਜੈ ਉਹਦਾ ਖਾਨਾ ਖਰਾਬ ਹੋ ਜੈ ਤੇ ਮੇਰਾ ਤਾਂ ਕੀਤਾ ਇਹ ਆ ਤੂੰ ਚਾਹੇ ਨਮਾਜ਼ਾਂ ਪੜੀ ਜਾਣਾ ਚਾਹੇ ਸਾਲਾਂ ਸਾਲ ਉਮਰ ਕੀਤੀ ਜਾਣਾ ਚਾਹੇ ਰੋਜ਼ੇ ਰੱਖੀ ਜਾ ਜੇ ਮਾਂ ਦਾ ਗੁਸਤਾਖ ਏ ਅੱਲਾ ਦੀ ਕਸਮੇ ਕੌਡੀ ਮੁੜਨੀ ਪੈਣਾ ਜ਼ਲੀਲ ਹੋ ਜਾਏਗਾ ਰਸਵਾ ਹੋ ਜਾਏਗਾ ਜੇ ਤੈਨੂੰ ਯਕੀਨ ਨਹੀਂ ਆਉਂਦਾ ਨਾ ਅੱਲਾ ਦੇ ਪਾਕ ਪੈਗੰਬਰ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਮੇਰੇ ਨਬੀ ਇੱਕ ਦਿਨ ਫਰਮਾਉਂਦੇ ਨੇ ਐ ਮੇਰੇ ਸਿਆਬਾ ਪਹਿਲੇ ਵਕਤਾਂ ਦੀ ਗੱਲ ਏ ਇੱਕ ਬੰਦਾ ਅੱਲਾ ਦਾ ਬੜਾ ਫਰਮਾ ਬਰਦਾਰ ਅੱਲਾ ਪਾਕ ਦੀਆਂ ਇਬਾਦਤਾਂ ਕਰਨ ਵਾਲਾ ਬੰਦਾ ਜੁਰੈਜ ਨਾਮੀ ਬੰਦਾ ਇਹ ਅੱਲਾ ਪਾਕ ਦੀਆਂ ਬੜੀਆਂ ਇਬਾਦਤਾਂ ਕਰਦਾ ਬੜੀਆਂ ਤਹਾਜਤਾਂ ਪੜ੍ਹਦਾ ਬੜੇ ਰੋਜ਼ੇ ਰੱਖਦਾ ਨਫਲ ਨਵਾਫਲ ਪੜ੍ਹਦਾ ਇੱਕ ਦਿਨ ਮਾਂ ਦਾ ਦਿਲ ਕੀਤਾ ਨਾ ਮੈਂ ਜੁਰੈਜ ਨੂੰ ਮਿਲ ਕੇ ਆਵਾਂ ਨਾ ਚੱਲਦਿਆਂ ਚੱਲਦਿਆਂ ਇਹਨੇ ਸ਼ਹਿਰੋਂ ਬਾਹਰ ਕੁਟੀਆ ਬਣਾਈਏ ਇਹਨੇ ਸ਼ਹਿਰੋਂ ਬਾਹਰ ਚੌਂਪੜੀ ਬਣਾਈਏ ਆਪ ਪ੍ਰਮੰਤ ਨੇ ਮਾਂ ਦਾ ਦਿਲ ਕੀਤਾ ਨਾ ਅੱਜ ਮੈਂ ਜੁਰੈਜ ਨਾਲ ਮੁਲਾਕਾਤ ਕਰਕੇ ਆਵਾਂ ਨਾ ਕਿਉਂਕਿ ਮਾਵਾਂ ਕੋਲੋਂ ਪੁੱਤਰਾਂ ਦੀਆਂ ਜੁਦਾਈਆਂ ਬਰਦਾਸ਼ਤ ਨਹੀਂ ਹੁੰਦੀਆਂ ਓਏ ਪਰਦੇਸਾਂ 'ਚੋਂ ਰਹਿਣ ਵਾਲਿਓ ਆਪਣੀਆਂ ਮਾਵਾਂ ਨੂੰ ਅੱਗੇ ਮਿਲ ਜਾਇਆ ਕਰੋ ਨਾ ਮਾਵਾਂ ਤੁਹਾਡੀਆਂ ਜੁਦਾਈਆਂ 'ਚੋਂ ਮਰਦੀਆਂ ਜਾ ਰਹੀਆਂ ਨੇ ਅੱਲਾਹੁ ਅਕਬਰ ਅੱਲਾ ਅਦਰ ਗੌਰ ਕਰੀਮ ਮਾਂ ਦਾ ਦਿਲ ਕੀਤਾ ਏ ਅੱਜ ਮੈਂ ਜੁਰੈਜ ਨੂੰ ਮਿਲ
ਕਰਕੇ ਆਵਾਂ ਨਾ ਚਲਦਿਆਂ ਚਲਦਿਆਂ ਮੈਂ ਜੁਰੈਦ ਦੇ ਬੂਹੇ ਤੇ ਪਹੁੰਚ ਗਈ ਨਾ ਜਾ ਕੇ ਕੁੰਡੀ ਗੜਕਾਈ ਕਹਿੰਦੀ ਹੈ ਜੁਰੈਦ ਮੇਰੀ ਗੱਲ ਸੁਣਨਾ ਜੁਰੈਦ ਮੇਰੀ ਗੱਲ ਸੁਣਨਾ ਜੁਰੈਦ ਨਮਾਜ਼ਾਂ ਹੀ ਪੜੀ ਜਾ ਰਹੇ ਨੇ ਜੁਰੈਦ ਨਮਾਜ਼ਾਂ ਹੀ ਪੜੀ ਜਾ ਰਹੇ ਨੇ ਤੇ ਸੋਚਣ ਲੱਗ ਪੈ ਮੈਂ ਰੱਬ ਨਾਲ ਕਾਲ ਤੋੜ ਕੇ ਰੱਬ ਨਾਲ ਤਲਕ ਤੋੜ ਕੇ ਮਾਂ ਦੀ ਕਿਵੇਂ ਸੁਣਾਨਾ ਇੱਕ ਦਿਨ ਹੋਇਆ ਇਹਨਾਂ ਮਾਂ ਦੀ ਗੱਲ ਸੁਣੀ ਨਹੀਂ ਤੇ ਮਾਂ ਚਲੀ ਗਈ ਦੂਸਰਾ ਦਿਨ ਹੋਇਆ ਮਾਂ ਫਿਰ ਆਈ ਨਾ ਤੀਸਰਾ ਦਿਨ ਹੋਇਆ ਮਾਂ ਫਿਰ ਆਈ ਨਾ ਮਾਂ ਨੂੰ ਗੁੱਸੇ ਆ ਗਏ ਮਾਂ ਬਦਦੁਆਵਾਂ ਤਾਂ ਨਹੀਂ ਦਿੱਤਾ ਕਰਦੀਆਂ ਪਰ ਕਦੀ ਕਦੀ ਬਦਦੁਆਵਾਂ ਵੀ ਨਿਕਲੀ ਜਾ ਕਰਦੀਆਂ ਨੇ ਮਾਂ ਕਹਿੰਦੀ ਹੈ ਜੁਰੈਜ ਉਸ ਵਕਤ ਤੱਕ ਤੈਨੂੰ ਮੌਤ ਨਾ ਆਏ ਨਾ ਜਦ ਤੱਕ ਜ਼ਲੀਲ ਨਾ ਹੋ ਜਾਏ ਨਾ ਜਦ ਤੱਕ ਰਸਵਾ ਨਾ ਹੋ ਜਾਏ ਨਾ ਅੱਲਾਹ ਕੋ ਅਕਬਰ ਅੱਲਾ ਥੋੜੇ ਦਿਨ ਗੁਜ਼ਰੇ ਨਾ ਲੋਕੀ ਇੰਜ ਕਰਕੇ ਲੋਕਾਂ ਨੂੰ ਗੁੱਸਾ ਚੜਿਆ ਹੋਇਆ ਏ ਲੋਕ ਰੋਲਾ ਪਾਉਂਦੇ ਜੁਰੈਜ ਦੀ ਝੁੱਗੀ ਵੱਲੇ ਆ ਰਹੇ ਨੇ ਇੰਨਾ ਆ ਕੇ ਜੁਰੈਜ ਦੀ ਝੁੱਗੀ ਨੂੰ ਤੋੜ ਦਿੱਤਾ ਨਾ ਅਦਲਤ ਤੇ ਜੁਰੈਜ ਨੂੰ ਬਾਹਰ ਕੱਢ ਲਿੱਤਾ ਨਾ ਕੋਈ ਇੱਧਰੋਂ ਮਾਰਦਾ ਕੋਈ ਇੱਧਰੋਂ ਮਾਰਦਾ ਅਦਲਤ ਤੇ ਜੁਰੈਜ ਨੂੰ ਮਾਰਾਂ ਪੈ ਰਹੀਆਂ ਨੇ ਕੋਈ ਚੰਡ ਮਾਰਦਾ ਕੋਈ ਠੁੱਡਾ ਮਾਰਦਾ ਕੋਈ ਸੋਟੀ ਮਾਰਦਾ ਅਦਲਤ ਤੇ ਜੁਰੈਜ ਕਹਿੰਦੇ ਨੇ ਲੋਗੋ ਮੈਨੂੰ ਦੱਸੋ ਮੇਰਾ ਜੁਰਮ ਕੀ ਏ ਮੈਂ ਕੀ ਗੁਨਾਹ ਕਰ ਬੈਠਾ ਵਾਂ ਲੋਕੀ ਕਹਿੰਦੇ ਨੇ ਜੁਰੈਜ ਇੱਧਰੋਂ ਇਬਾਦਤਾਂ ਕੀਤੀ ਜਾਂਦਾ ਇੱਧਰੋਂ ਹਰਾਮ ਦੇ ਬੱਚੇ ਚ ਨਹੀਂ ਜਾਂਦਾ ਏ ਆ ਔਰਤ ਕਹਿੰਦੀ ਏ ਆ ਜਿਹੜੀ ਔਰਤ ਇਹਦੇ ਕੋਲੋਂ ਬੱਚਾ ਇਹਦਾ ਦਾਵਾ ਏ ਆ ਬੱਚਾ ਜੁਰੈਜ ਵਲੀ ਤਾਂ ਏ ਉੱਤੋਂ ਮੀਆਂ ਤਸਬੀ ਤੇ ਵਿੱਚੋਂ ਮੀਆਂ ਕਸਬੀ ਉੱਤੋਂ ਲਾ ਇਲਾ ਤੇ ਵਿੱਚੋਂ ਹੋਰ ਸਲਾਮ ਓਏ ਜੁਰੈਜ ਇੱਕ ਮਨੇ ਨਮਾਜ਼ਾਂ ਪੜੀ ਜਾਂਦਾ ਏ ਤੇ ਅੱਲਾ ਦਾ ਕੋਈ ਬੰਦਾ ਕਾਬੂ ਨਾ ਆ ਜਾ ਲੋਕੀ ਬੜੇ ਤਾਨੇ ਮਾਰਦੇ ਨੇ ਲੋਕੀ ਬੜੀਆਂ ਬੋਲੀਆਂ ਮਾਰਦੇ ਨੇ ਇੱਧਰ ਜੁਰੈਜ ਨੂੰ ਬੋਲੀਆਂ ਵੱਜ ਰਹੀਆਂ ਨੇ ਓਏ ਜੁਰੈਜ ਤੂੰ ਤਾਂ ਕਹਿਣਾ ਮੈਂ ਬੜਾ ਨੇਕ ਤੇ ਪਾਰਸਾ ਵਾਂ ਆ ਔਰਤ ਦਾ ਕੀ ਦਾਵਾ ਜੁਰੈਜ ਕਹਿੰਦੇ ਨੇ ਦੋ ਮਿੰਟ ਦੇ ਆਉਣਾ ਦੋ ਮਿੰਟ ਦੇ ਆਉਣਾ ਇਹਨਾਂ ਦੋ ਮਿੰਟ ਦੇ ਦਿੱਤੇ ਨਾ ਆਪ ਪ੍ਰਮੰਦ ਨੇ ਜੁਰੈਜ ਨੇ ਵਜ਼ੂ ਕੀਤਾ ਨਾ ਵਜ਼ੂ ਕਰਕੇ ਇਸ ਬੱਚੇ ਦੇ ਸਿਰ ਤੇ ਹੱਥ ਰੱਖ ਦਿੱਤਾ ਕਹਿੰਦਾ ਬੱਚੇ ਬੋਲ ਅੱਲਾ ਦੇ ਹੁਕਮ ਨਾਲ ਤੇਰਾ ਬਾਪ ਕੌਣ ਏ ਸੋਈ ਜੰਮਦਾ ਬੱਚਾ ਬੋਲ ਸਕਦਾ ਕਿਉਂ ਭਾਈ ਬਿਲਾਲ ਸਾਜਾ ਤੇ ਤੁਹਾਡੇ ਪਿੰਡ ਕੋਈ ਬੋਲਿਆ ਹੋਵੇ ਨਹੀਂ ਬੋਲ ਸਕਦਾ ਅੱਲਾ ਦੀ ਕਸਮੇ ਜੰਮਦਾ ਨਹੀਂ ਬੋਲਦਾ ਪਰ ਮੇਰਾ ਜਦੋਂ ਰੱਬ ਬੁਲਾਵੇ ਉਦੋਂ ਬੋਲ ਪੈਂਦਾ ਕਹਿਣ ਵਾਲਾ ਕਹਿੰਦਾ ਨਾ ਹਰ ਚੀਜ਼ ਤੇ ਕਾਦਰ ਕਦੀਰ ਗੈ ਤੂੰ ਓਏ ਚੋ ਚਾਵੇਂ ਚੋ ਕਰਕੇ ਵਗਾ ਦੇਨਾ ਏ ਓਏ ਪਾਣੀ ਉੱਤੇ ਜ਼ਮੀਨ ਕਲਾਰ ਦੇਨਾ ਏ ਓਏ ਥੰਮਾ ਬਾਜ ਅਸਮਾਨ ਟਿਕਾ ਦੇਨਾ ਏ ਓਏ ਕਰਨ ਲਈ ਆਰਾਮ ਤੂੰ ਬੰਦਿਆਂ ਦੇ ਓਏ ਦਿਨ ਖਤਮ ਕਰਕੇ ਰਾਤ ਪਾ ਦੇਨਾ ਏ ਇਸੇ ਤਰ੍ਹਾਂ ਜ਼ਰੂਰਤ ਦੇ ਤਹਿਤ ਮੁੜ ਕੇ ਤੂੰ ਰਾਤ ਦੇ ਵਿੱਚੋਂ ਦਿਨ ਚੜਾ ਦੇਨਾ ਏ ਓਏ ਹੋਵੇ ਉਹ ਜੋ ਤੈਨੂੰ ਮਨਜ਼ੂਰ ਹੋਵੇ ਓਏ ਤਗੜੇ ਮਾੜਿਆਂ ਕੋਲੋਂ ਮਰਵਾ ਦੇਨਾ ਏ ਅਮਰਾ ਕਾਫਰ ਜੇ ਕਾਬੇ ਨੂੰ ਡਾਣ ਆਵੇ ਆਪਾ ਫੀਲਾਂ ਨੂੰ ਹੁਕਮ ਸੁਣਾ ਦੇਨਾ ਏ ਉਹ ਚੁੰਝਾਂ ਚੋਂ ਕੈਂਕਰੇ ਘੇਰਦੇ ਨੇ ਤੂੰ ਉਹਨਾਂ ਦੇ ਬੰਬ ਬਣਾ ਦੇਨਾ ਏ ਓਏ ਕਿਤੇ ਕੁੜੀ ਦੀ ਆਸ ਕੋਈ ਰੱਖਦਾ ਤੂੰ ਮੁੰਡਿਆਂ ਦੀ ਮੇੜ ਪਾ ਦੇਨਾ ਏ ਓਏ ਕਿਤੇ ਲੜਕੇ ਦੀ ਆਸ ਕੋਈ ਰੱਖਦਾ ਤੂੰ ਬੇਟੀਆਂ ਹੀ ਬੇਟੀਆਂ ਤਾ ਦੇਨਾ ਏ ਓਏ ਕਿਤੇ ਪੁੱਤ ਦੀਆਂ ਨਾਲੇ ਮਾਲ ਦੌਲਤ ਓਏ ਫਜ਼ਲ ਰਹਿਮਤ ਦੇ ਮੀਂਹ ਤੂੰ ਪਾ ਦੇਨਾ ਏ ਓਏ ਕਿਤੇ ਪੁੱਤ ਨਾ ਦੀਆਂ ਨਾ ਮਾਲ ਦੌਲਤ ਓਏ ਸਾਰੀ ਉਮਰਾਂ ਹੀ ਐਦਾਂ ਲਗਾ ਦੇਨਾ ਏ ਓਏ ਬੀਬੀ ਮਰੀਅਮ ਤੇ ਜਦੋਂ ਇਲਜ਼ਾਮ ਲੱਗੇ ਈਸਾ ਨਬੀ ਨੂੰ ਬੋਲਣ ਸਿਖਾ ਦੇਨਾ ਏ ਓਏ ਬੱਚੇ ਜੰਮਦੇ ਕਦੀ ਨਹੀਂ ਬੋਲਦੇ ਨੇ ਓਏ ਤੂੰ ਚਾਵੇਂ ਤੇ ਜੰਮਦੇ ਬੁਲਾ ਦੇਨਾ ਏ ਮੇਰੇ ਅੱਲਾ ਦੇ ਸਾਹਮਣੇ ਕੀ ਮੁਸ਼ਕਲਾਂ ਨੇ ਅਤਰ ਜੁਰੈਜ ਦੀ ਅਤਰ ਜੁਰੈਜ ਦੀ ਇੱਜ਼ਤ ਦਾ ਮਾਮਲਾ ਬਣ ਗਿਆ ਅੱਲਾ ਆਪਣੇ ਵਲੀਆਂ ਦੀਆਂ ਕੰਡਾਂ ਨਹੀਂ ਲੱਗਣ ਦਿੰਦੇ ਅੱਲਾ ਆਪਣੇ ਬੇਲੀਆਂ ਨੂੰ ਜ਼ਲੀਲ ਨਹੀਂ ਹੋਣ ਦਿੰਦੇ ਅੱਲਾ ਕੋ ਅਕਬਰ ਅੱਲਾ ਇਹਨੇ ਸਿਰ ਤੇ ਹੱਥ ਰੱਖ ਦਿੱਤਾ ਏ ਕਹਿੰਦਾ ਬੱਚੇ ਬੋਲ ਅੱਲਾ ਦੇ ਹੁਕਮ ਦੇ ਨਾਲ ਬੋਲ ਤੇਰਾ ਬਾਪ ਕੌਣ ਏ ਅੱਲਾ ਦੇ ਨਬੀ ਫਰਮਾਉਂਦੇ ਨੇ ਅੱਲਾ ਪਾਕ ਨੇ ਬੱਚੇ ਨੂੰ ਜ਼ਬਾਨ ਦੇ ਦਿੱਤੀ ਇਹ ਬੱਚਾ ਬੋਲ ਕੇ ਕਹਿੰਦਾ ਜੁਰੈਜ ਲੋਕਾਂ ਤੈਨੂੰ ਤੈਨ
ਚੰਜੀ ਮਾਰਿਆ ਏ ਮੇਰਾ ਬਾਪ ਦਾ ਫਲਾਂ ਛੇੜੂ ਏ ਨਾ ਲੋਕਾਂ ਨੇ ਵੇਖਿਆ ਇਹ ਬੱਚਾ ਜੁਰਾਇ ਦੇ ਨਾਲ ਗੱਲਾਂ ਕਰਦਾ ਪਿਆ ਲੋਕੀ ਮੁਆਫੀਆਂ ਮੰਗਣ ਲੱਗ ਪੈ ਹਜ਼ਰਤ ਮੁਆਫ ਕਰ ਦਿਓ ਮੁਆਫ ਕਰ ਦਿਓ ਗਲਤੀ ਹੋ ਗਈ ਕਮੀ ਹੋ ਗਈ ਏ ਅੱਲਾਹ ਕੋ ਅਕਬਰ ਅੱਲਾਹ ਇਹ ਕਹਿੰਦੇ ਨੇ ਜੁਰੈਜ ਅਗਰ ਕਵੇਗਾ ਸੋਨੇ ਦੀਆਂ ਇੱਟਾਂ ਦਾ ਗੁਜਰਾ ਬਣਾ ਦਿਆਂਗੇ ਜੁਰੈਜ ਕਹਿੰਦੇ ਨੇ ਲੋਗੋ ਜੇ ਉਹ ਜਾ ਹੈਗਾ ਸੀ ਉਹ ਜਾ ਬਣਾ ਦਿਓ ਤੁਹਾਨੂੰ ਨਹੀਂ ਪਤਾ ਏ ਮੇਰੀ ਮਾਂ ਦੀ ਬਦਦੁਆ ਦਾ ਸਰੇ ਮੈਨੂੰ ਤਾਂ ਮੇਰੀ ਮਾਂ ਦੀ ਬਦਦੁਆ ਮਾਰ ਗਈ ਏ ਮੈਨੂੰ ਤਾਂ ਉਹ ਮਾਂ ਨੇ ਜਿਹੜੀ ਬਦਦੁਆ ਦਿੱਤੀ ਸੀ ਉਹਨੇ ਮੈਨੂੰ ਮਾਰ ਛੱਡਿਆ ਏ ਨਾ ਇਸ ਕਰਕੇ ਦੋਸਤਾਂ ਮਾਵਾਂ ਦੀਆਂ ਬਦਦੁਆਵਾਂ ਮਾਰ ਦਿੱਤਾ ਕਰਦੀਆਂ ਈ ਮਾਵਾਂ ਦੀਆਂ ਦੁਆਵਾਂ ਤਾਰ ਦਿੱਤਾ ਕਰਦੀਆਂ ਨੇ ਤੇ ਡਰਿਆ ਕਰ ਆਪਣੀ ਮਾਂ ਦੀ ਬਦਦੁਆ ਤੋਂ ਡਰਿਆ ਕਰ ਮਾਂ ਨੂੰ ਪਰੇਸ਼ਾਨ ਕਰਨ ਤੋਂ ਪਹਿਲੇ ਆਪਣੀ ਮਾਂ ਦੀ ਬਦਦੁਆ ਤੋਂ ਡਰਿਆ ਕਰ ਜੇ ਮਾਂ ਨੇ ਇੰਝ ਕਰਕੇ ਅਸਮਾਨ ਵੱਲੇ ਵੇਖ ਕੇ ਬਦਦੁਆ ਕਰ ਦਿੱਤੀ ਤੇ ਸਤਿਆਂ ਨਾ ਹੋ ਜਾਏਗਾ ਬੇੜਾ ਤਬਾਹ ਹੋ ਜਾਏਗਾ ਅੱਲਾਹ ਕੋ ਅਕਬਰ ਅੱਲਾਹ ਤੇ ਮਾਂ ਵਰਗਾ ਪਿਆਰ ਵੀ ਕੋਈ ਨਹੀਂ ਕਰਦਾ ਨਾ ਆ ਤੈਨੂੰ ਗੱਲ ਮੁਕਤੀ ਮੁਕਾਵਾਂ ਨਾ ਮਾਂ ਕਿੰਨਾ ਕੁ ਪਿਆਰ ਕਰਦੀ ਏ ਆਪਣੇ ਬੱਚਿਆਂ ਨਾਲ ਕਿੰਨੀ ਕੁ ਮੁਹੱਬਤ ਕਰਦੀ ਏ ਓਏ ਮਾਂ ਮਾਂ ਜੋ ਹੀ ਨਾ ਕਿੰਨੀ ਕੁ ਮੁਹੱਬਤ ਕਰਦੀ ਏ ਆ ਤੈਨੂੰ ਸਮਝਾਵਾਂ ਨਾ ਇੱਕ ਦਿਨ ਅੱਲਾਹ ਦੇ ਪਾਕ ਪੈਗੰਬਰ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਸਰਕਾਰ ਬੈਠੇ ਹੋਏ ਨੇ ਆਪ ਅਲੀ ਸਲਾਤੋ ਸਲਾਮ ਦਾ ਸ਼ਹਿਰ ਮਦੀਨਾ ਅੱਲਾਹ ਸਾਨੂੰ ਸਾਰਿਆਂ ਨੂੰ ਹੀ ਲੈ ਜਾਏ ਹੁਣ ਜਾਣ ਨੂੰ ਜੀ ਕਰਦਾ ਨਾ ਮੇਰਾ ਵੀ ਦਿਲ ਕਰਦਾ ਮੈਂ ਵੀ ਮੱਕਾ ਵੇਖਿਆ ਮੈਂ ਬੜੀ ਦੇਰ ਹੋ ਗਈ ਅੱਲਾਹ ਦੁਬਾਰਾ ਜ਼ਿਆਰਤਾਂ ਨਸੀਬ ਫਰਮਾਏ ਅੱਲਾਹ ਜਿਹਨੇ ਬੈਠੇ ਨੇ ਸਾਰਿਆਂ ਨੂੰ ਲੈ ਜਾ ਅਤੇ ਮੱਕੇ ਅਤੇ ਮਦੀਨੇ ਦੀਆਂ ਕਿਆ ਬਾਤਾਂ ਅੱਲਾਹ ਸਾਰਿਆਂ ਨੂੰ ਜ਼ਿਆਰਤਾਂ ਨਸੀਬ ਫਰਮਾਏ ਅਤੇ ਅੱਲਾਹ ਮੇਰੇ ਬਜ਼ੁਰਗਾਂ ਦੀ ਕਬਰ 'ਤੇ ਕਰੋੜਾ ਰਹਿਮਤਾਂ ਨਾਜ਼ਿਲ ਫਰਮਾਏ ਉਹ ਪੜ੍ਹਿਆ ਕਰਦੇ ਸਨ ਜੇ ਨਹੀਂ ਇਤਬਾਰ ਚੱਲੋ ਮੱਕੇ ਸ਼ਰੀਫ ਨੀ ਜੇ ਨਹੀਂ ਇਤਬਾਰ ਚੱਲੋ ਮੱਕੇ ਸ਼ਰੀਫ ਨੀ ਬੈਤੁਲ ਅੰਦਰ ਜਿਸ ਦਾ ਬਾਨੀ ਹਨੀਫ ਨੀ ਹਰ ਹਰ ਮੁਲਕੋਂ ਪਹੁੰਚਣ ਜਿੱਥੇ ਜਵਾਨ ਜ਼ਈਫ ਨੀ ਗੋਰੇ ਤੇ ਕਾਲੇ ਦਾ ਨਹੀਂ ਕੋਈ ਫਰਕ ਨਿਥਾਰ ਦਾ ਨਾਮ ਮੁਹੰਮਦ ਵਾਲਾ ਕਾਲ ਜੇ ਠਾਰ ਦਾ ਸੱਲੱਲਾਹੁ ਅਲੈਹਿ ਵਸੱਲਮ ਤੇ ਨਕਸ਼ਾ ਕੇ ਹੋ ਜਾ ਖਿੱਚਿਆ ਉੱਚੇ ਖਲੋਕੇ ਦਰਾਮ ਮਾਰੋ ਧਿਆਨ ਨੀ ਉੱਚੇ ਖਲੋਕੇ ਦਰਾਮ ਮਾਰੋ ਧਿਆਨ ਨੀ ਆ ਵਿੱਚੇ ਹੀ ਵੇਖੋ ਫਿਰਦੇ ਅਰਬੀ ਜਵਾਨ ਨੀ ਸ਼ਾਮੀਆਂ ਦਾ ਰੰਗ ਵੇਖੋ ਢਲਕਾਂ ਪਿਆ ਮਾਰਦਾ ਨਾਮ ਮੁਹੰਮਦ ਵਾਲਾ ਮਦੀਨਾ ਸਾਰਾ ਸੋਹਣਾ ਹੈ ਨਾ ਓਏ ਮਦੀਨਾ ਵੀ ਸੋਹਣਾ ਸਾਡੇ ਭਾਬੀਆਂ ਦਾ ਅਕੀਦਾ ਇਹ ਆ ਮਦੀਨਾ ਵੀ ਸੋਹਣਾ ਮਦੀਨੇ ਵਾਲਾ ਵੀ ਸੋਹਣਾ ਓਏ ਕੀ ਮੈਂ ਦੱਸਾਂ ਮਦੀਨੇ ਦਾ ਕੀ ਸੋਨਾ ਓਏ ਕਰ ਕਰ ਸੋਨਾ ਜੀ ਜੀ ਸੋਨਾ ਓਏ ਦਿਲ ਖਿੱਚਦੀਆਂ ਵਾਂਗ ਮਹਿਬੂਬਾਂ ਦੇ ਓਏ ਭੇਡਾਂ ਬੱਕਰੀਆਂ ਗਾਵਾਂ ਮਦੀਨੇ ਦੀਆਂ ਅੱਲਾ ਮੰਨਣ ਨੂੰ ਹੁਣ ਜੀ ਕਰਦਾ ਓਏ ਠੰਡੀਆਂ ਠੰਡੀਆਂ ਚਾਵਾਂ ਮਦੀਨੇ ਦੀਆਂ ਦਿਲ ਲੱਗਦਾ ਨਹੀਂ ਪਾਕਿਸਤਾਨ ਅੰਦਰ ਭਾਈ ਮੇਰੀ ਜਾਨ ਮਦੀਨੇ ਦੀ ਜਾਨ ਅੰਦਰ ਭਾਈ ਵਾਦਾ ਹੋ ਜਾਏ ਮੇਰੇ ਈਮਾਨ ਅੰਦਰ ਔਰ ਜਦ ਜ਼ਿਆਰਤਾਂ ਪਾਵਾਂ ਮਦੀਨੇ ਦੀਆਂ ਆਖਲੋ ਵਾ ਸਾਹਲੋ ਵਾ ਮਰਹਬਾ ਸ਼ੇਖ ਮੁਹਤਰਮ ਆ ਗਏ ਮੈਂ ਆਖਰੀ ਗੱਲ ਕਰਕੇ ਗੱਲ ਮੁਕਦੀ ਮੁਕਾਵਾਂ ਦੁਆ ਕਰੋ ਅੱਲਾ ਮੇਰੇ ਸ਼ੇਖ ਦੀ ਉਮਰ 'ਚੋਂ ਬਰਕਤਾਂ ਨਾਜ਼ਿਲ ਫਰਮਾਇਸ਼ ਸਰਕਾਰ ਇੱਕ ਦਿਨ ਬੈਠੇ ਆਪ ਫਰਮਾਉਂਦੇ ਨੇ ਸਿਆਬਾ ਪਹਿਲੇ ਵਕਤਾਂ ਦੀ ਗੱਲ ਏ ਇੱਕ ਬੰਦੇ ਨੂੰ ਸਾਰੀ ਜ਼ਿੰਦਗੀ ਗੁਨਾਹ ਕਰਦਿਆਂ ਕਰਦਿਆਂ ਲੰਘ ਗਈ ਸਾਰੀ ਜ਼ਿੰਦਗੀ ਗੁਨਾਹ ਕਰਦਿਆਂ ਕਰਦਿਆਂ ਲੰਘ ਗਈ ਇਹਨੇ ਸਾਰੀ ਜ਼ਿੰਦਗੀ ਰੱਬ ਦੀ ਮੰਨੀ ਕੋਈ ਨਹੀਂ ਰੱਬ ਨਾਲ ਜੋੜੀ ਕੋਈ ਨਹੀਂ
ਸਾਰੀ ਉਮਰ ਲੰਘ ਗਈ ਆਪ ਬ੍ਰਹਮਤ ਨੇ ਇੱਕ ਦਿਨ ਇਹੋ ਜਿਹਾ ਵੀ ਹੋਇਆ ਨਾ ਇਹ ਤਾਂ ਦਰਵਾਜ਼ਾ ਖਟਕਿਆ ਇਹਨੇ ਦਰਵਾਜ਼ਾ ਖੋਲਿਆ ਨਾ ਸਾਹਮਣੇ ਇੱਕ ਬੇਵਾ ਔਰਤ ਖੜੀ ਹੋਈ ਹੈ ਅੱਲਾਹੂ ਅਕਬਰ ਅੱਲਾਹ ਇਹ ਬੇਵਾ ਔਰਤ ਖੜੀ ਹੋਈ ਹੈ ਕਿਫਲ ਕਹਿੰਦਾ ਬੀਬੀ ਤੈਨੂੰ ਕਾਹਦੀ ਲੋੜ ਪੈ ਗਈ ਮੇਰਾ ਦਰਵਾਜ਼ਾ ਖਟਖਟਾਉਣ ਦੀ ਲੋਕੀ ਤਾਂ ਮੇਰੇ ਬੂਹੇ ਤੇ ਨਹੀਂ ਆ ਕਰਦੇ ਇਹ ਬੇਵਾ ਕਹਿੰਦੀ ਕਿਫਲ ਮੈਂ ਬੜੀ ਮਜਬੂਰ ਹਾਂ ਮੇਰੇ ਛੋਟੇ ਛੋਟੇ ਬੱਚੇ ਨੇ ਉਹ ਯਤੀਮਾਂ ਦਾ ਖਿਆਲ ਕਰਿਆ ਕਰੋ ਯਤੀਮਾਂ ਦੇ ਸਿਰ ਤੇ ਹੱਥ ਰੱਖਿਆ ਕਰੋ ਮੇਰਾ ਨਬੀ ਵੀ ਯਤੀਮ ਆਇਆ ਆਪ ਯਤੀਮਾਂ ਨਾਲ ਪਿਆਰ ਕੀਤਾ ਕਰਦੇ ਸਨ ਬਲਕਿ ਨਬੀ ਅਲੀ ਸਲਾਮ ਪ੍ਰਮਾਤ ਨੇ ਅਸਾਈ ਅਲਲ ਅਰਮਲਾ ਅਸਾਈ ਅਲਲ ਅਰਮਲਾ ਵਲ ਮਿਸਕੀਨ ਆਪ ਪ੍ਰਮਾਤ ਨੇ ਜਿਹੜਾ ਬੰਦਾ ਕਿਸੇ ਬੇਵਾ ਦਾ ਖਿਆਲ ਕਰਦਾ ਏ ਮਸਕੀਨਾਂ ਦਾ ਖਿਆਲ ਕਰਦਾ ਏ ਇਹਦੇ ਸਿਰ ਦਾ ਤਾਜ ਪੌਂਤ ਹੋ ਗਿਆ ਇਹਦੇ ਸਿਰ ਦਾ ਤਾਜ ਜ਼ਿੰਦਾ ਸੀ ਬਹਾਰਾਂ ਹੀ ਬੜੀਆਂ ਸਨ ਰੌਣਕਾਂ ਹੀ ਬੜੀਆਂ ਸਨ ਅੱਲਾਹ ਪਾਕ ਨੇ ਫਰਮਾਨੀਆਂ ਕਰ ਦਿੱਤੀਆਂ ਸਨ ਅੱਜ ਸਿਰ ਦਾ ਤਾਜ ਟੁਰ ਗਿਆ ਏ ਅੱਜ ਗਲੀਆਂ ਦੀਆਂ ਕੱਖਾਂ ਨਾਲ ਵੀ ਹੌਲੀ ਹੋ ਗਈ ਏ ਅੱਜ ਲੋਕਾਂ ਦੇ ਭਾਂਡੇ ਮਾਂਜ ਕੇ ਗੁਜ਼ਾਰਾ ਕਰਦੀ ਪਈ ਏ ਪਰ ਕਿਸੇ ਦਾ ਸਿਰ ਦਾ ਤਾਜ ਟੁਰ ਜਾ ਉਹਦੇ ਖਾਣ ਦਾ ਇੰਤਜ਼ਾਮ ਕਰ ਦਿੱਤਾ ਕਰ ਉਹਦੇ ਪੀਣ ਦਾ ਇੰਤਜ਼ਾਮ ਕਰ ਦਿੱਤਾ ਕਰ ਮੇਰੀ ਸਰਕਾਰ ਬਿਆਨ ਕਰਦੇ ਨੇ ਉਹ ਸਭ ਨਾਲ ਸੱਚਾ ਨਬੀ ਬਿਆਨ ਕਰ ਰਿਹਾ ਏ ਸਭ ਨਾਲ ਉੱਚਾ ਬਿਆਨ ਕਰ ਰਿਹਾ ਉਹ ਜਿੰਦਾ ਸਾਨੀ ਅੱਲਾਹ ਪਾਕ ਨੇ ਆਪਣੀ ਮਖਲੂਕ ਚੋਂ ਕੋਈ ਨਹੀਂ ਬਣਾਇਆ ਨਾ ਜਿਹੜਾ ਸਭ ਤੋਂ ਆਲਾ ਬਣ ਕੇ ਆਇਆ ਸਭ ਤੋਂ ਅਰਫਾ ਬਣ ਕੇ ਆਇਆ ਆਪ ਪ੍ਰਮੰਦ ਨੇ ਅਸਾਈ ਅਲਲ ਅਰਮਲਾ ਉਹ ਜਿਹੜਾ ਬੰਦਾ ਬੇਵਾ ਦਾ ਖਿਆਲ ਕਰਦਾ ਏ ਕੱਲ ਮੁਜਾਹਿਦੀ ਫੀ ਸਬੀਲਿਲਲਾ ਇੱਕ ਬੰਦਾ ਘੋੜੇ ਤੇ ਚੜ ਕੇ ਜਿਹਾਦ ਕਰਦਾ ਪਿਆ ਤਲਵਾਰ ਫੜੀ ਹੋਈ ਏ ਇੱਕ ਕਤਲੋ ਕਿਤਾਲ ਕਰਦਾ ਪਿਆ ਅੱਲਾਹ ਦੇ ਰਾਹ ਚੋਂ ਜਿਹਾਦ ਕਰਦਾ ਪਿਆ ਇੱਕ ਬੰਦਾ ਬੇਵਾ ਦਾ ਖਿਆਲ ਕਰਦਾ ਪਿਆ ਆਪ ਪ੍ਰਮੰਦ ਨੇ ਜਿੰਨਾ ਸਵਾਬ ਅੱਲਾਹ ਪਾਕ ਨੇ ਜਿਹਾਦ ਕਰਨ ਵਾਲੇ ਨੂੰ ਦੇਣਾ ਏ ਜਿਹੜਾ ਬੇਵਾ ਦਾ ਖਿਆਲ ਕਰਦਾ ਘਰ ਬੈਠੇ ਨੂੰ ਅਤਾ ਫਰਮਾ ਦੇਣਗੇ ਇਨ੍ਹਾਂ ਦੇ ਇੰਤਜ਼ਾਮ ਤੂੰ ਕਰ ਦੇ ਅੱਲਾਹ ਤੇਰੀ ਜ਼ਿੰਦਗੀ ਦੀਆਂ ਆਸਾਨੀਆਂ ਪੈਦਾ ਫਰਮਾ ਦੇਣਗੇ ਅੱਲਾਹੂ ਅਕਬਰ ਅੱਲਾਹ ਇਧਰ ਆ ਕੇ ਕਹਿੰਦੀ ਕਿਫਲ ਮੈਂ ਬੜੀ ਗਰੀਬੜੀ ਔਰਤ ਹਾਂ ਮੇਰੀ ਮਦਦ ਕਰ ਦੇ ਮੇਰੀ ਮਦਦ ਕਰ ਦੇ ਇਹ ਕਿਫਲ ਕਹਿੰਦਾ ਬੀਬੀ ਤੈਨੂੰ ਮੇਰੇ ਕਿਰਦਾਰ ਦਾ ਪਤਾ ਏ ਮੈਂ ਆਮ ਬੰਦਾ ਨਹੀਂ ਆ ਮੈਂ ਜਨਾਬ ਬੁਰਾ ਬੰਦਾ ਵਾ ਮੈਂ ਮੁਫਤੀ ਤੇਰੀ ਮਦਦ ਨਹੀਂ ਕਰ ਸਕਦਾ ਇਹ ਕਹਿੰਦੀ ਮੈਂ ਗਰੀਬੜੀ ਔਰਤ ਤੈਨੂੰ ਕੀ ਦੇ ਸਕਣੀ ਆ ਇਹ ਕਿਫਲ ਨੂੰ ਕਹਿੰਦੀ ਏ ਮੈਂ ਗਰੀਬ ਜੀ ਔਰਤ ਆ ਜੇ ਤੇ ਸਕਦੀ ਹੁੰਦੀ ਤੇਰੇ ਬੂਹੇ ਤੇ ਕੀ ਲੈਣ ਆਉਣਾ ਸੀ ਇਹ ਕਿਫਲ ਕਹਿੰਦਾ ਬੀਬੀ ਤੈਨੂੰ ਮੇਰੇ ਨਾਲ ਬੁਰਾਈ ਕਰਨੀ ਪੈ ਗਈ ਮੂੰਹ ਕਾਲਾ ਕਰਨਾ ਪੈ ਗਾ ਨਾ ਇਸ ਔਰਤ ਨੇ ਇਹ ਬਾਤ ਸੁਣੀ ਤੇ ਕੰਨਾਂ ਨੂੰ ਹੱਥ ਲਾ ਲੈਣਾ ਕਹਿੰਦੀ ਏ ਕਿਫਲ ਕਿਹੋ ਜਿਹੀਆਂ ਬਾਤਾਂ ਕਰਨਾ ਪਿਆ ਕਿਹੋ ਜਿਹੀਆਂ ਗੱਲਾਂ ਕਰਨਾ ਪਿਆ ਅੱਲਾਹੂ ਅਕਬਰ ਅੱਲਾਹ ਅੱਲਾਹ ਕੋਲੋਂ ਤੌਬਾ ਕਰਨਾ ਮਾਫੀਆਂ ਮੰਗਣਾ ਕਿਫਲ ਕਹਿੰਦਾ ਬੀਬੀ ਜੇ ਮੈਂ ਮਦਦ ਕਰਾਂਗਾ ਮੇਰੀ ਇਹ ਸ਼ਰਤ ਤੇ ਮੇਰੇ ਨਾਲ ਮੂੰਹ ਕਾਲਾ ਕਰ ਲੈ ਫਿਰ ਮੈਂ ਤੇਰੀਆਂ ਮੱਤਾਂ ਕਰਾਂਗਾ ਨਾ ਮੈਂ ਸੋਚਿਆ ਕਰਨਾ ਵਾ ਇਹ ਔਰਤ ਜਾਣ ਲੱਗੀ ਹੋਏਗੀ ਨਾ ਇਹਨੂੰ ਆਪਣੇ ਬੱਚੇ ਯਾਦ ਆ ਗਏ ਹੋਣਗੇ ਇਹਨੂੰ ਆਪਣੇ ਭੁੱਖ ਨਾਲ ਰੋਂਦੇ ਬੱਚੇ ਯਾਦ ਆ ਗਏ ਹੋਣਗੇ ਇਹਨੂੰ ਆਪਣਾ ਛੋਟਾ ਬੱਚਾ ਯਾਦ ਆਇਆ ਵੱਡਾ ਯਾਦ ਆਇਆ ਨਾ ਕਹਿੰਦੇ ਹੋਣਗੇ ਅੰਮੀ ਅੱਜ ਬੜੀ ਭੁੱਖ ਲੱਗੀ ਅੱਜ ਕੁਝ ਲੈ ਕੇ ਆਈ ਨਾ ਮਾਂ ਅੱਜ ਭੁੱਖਾਂ ਬਰਦਾਸ਼ਤ ਨਹੀਂ ਹੋਣੀਆਂ ਨਾ ਮਾਂ ਅੱਜ ਭੁੱਖਾਂ ਬਰਦਾਸ਼ਤ ਨਹੀਂ ਹੋਣੀਆਂ ਇਹ ਮਾਂ ਆਪਣੇ ਬੱਚਿਆਂ ਦੀ ਵਜ੍ਹਾ ਕਰਕੇ ਮਜਬੂਰ ਹੋ ਗਈ ਨਾ ਓਏ ਦੋਸਤਾਂ ਮਾਵਾਂ ਮਜਬੂਰ ਹੋ ਹੀ ਜਾ ਕਰਦੀਆਂ ਨੇ ਇਹੋ ਜਿਹੀਆਂ ਕੁਰਬਾਨੀਆਂ ਔਰ ਕੋਈ ਨਹੀਂ ਦਿੱਤਾ ਕਰਦਾ ਨਾ ਇਹ ਕੁਰਬਾਨੀ ਦੇ ਸਕਦੀ ਤੇ ਮਾਂ ਹੀ ਦੇ ਸਕਦੀ ਏ ਅੱਲਾਹੂ ਅਕਬਰ ਅੱਲਾਹ ਇਹਦੇ ਸਾਹਮਣੇ ਬੱਚਿਆਂ ਦੀਆਂ ਤਸਵੀਰਾਂ ਆ ਰਹੀਆਂ ਹੋਣਗੀਆਂ ਅੱਜ ਮੇਰੇ ਛੋਟੂ ਨੇ ਆਖਿਆ ਸੀ ਅੱਜ ਮੇਰੇ ਵੱਡੂ ਨੇ ਆਖਿਆ ਸੀ ਅੱਲਾਹੂ ਅਕਬਰ ਅੱਲਾਹ ਸਰਕਾਰ ਫਰਮਾਉਂਦੇ ਨੇ ਇਹ ਔਰਤ ਦੀਆਂ ਅੱਖਾਂ ਬਹਿਣ ਲੱਗ ਪਈਆਂ ਇਹ ਔਰਤ ਕਹਿੰਦੀ ਕਿਫਲ ਮੈਂ ਮਜਬੂਰ ਹੋ ਗਈਆਂ ਮੇਰੇ ਬੱਚੇ ਬੜੇ ਭੁੱਖੇ ਨੇ ਜਿਵੇਂ ਕਹਿੰਗਾ ਉਵੇਂ ਕਰ ਲਵਾਂਗੀ ਨਾ ਪੈਸੇ ਦੇ ਦੇਣਾ ਕਿਫਲ ਨੇ 60 ਦਿਰਮ ਦਿੱਤੇ ਇਹ ਔਰਤ ਚਲੀ ਗਈ ਨਾ ਇਹਨੇ ਜਾ ਕੇ
अपने बच्चों रोटी खिलाई नाम आ तेन दुखड़ी मां की दास्तान सुनावा नाम मां अपने बच्चों की खातर अज बुराई करने भी तैयार हो गई है अज मां अपने बच्चों की खातर जना करने भी तैयार हो गई है तेरी मां का तेरे नाल किन्ना प्यार है नाम ओए मां की किन्नी मुहब्बत है जे इसे मां के मुंह से उठ के तमाचे मारे जे इसे मां नूं गालियां कटे इसे मां नूं गलियां चो जलील करे इसे मां के मुंह से थप्पड़ मारे इसे मां के मुंह बारे लोगों के सामने जाके गल्लां करे शरीकां चो जाके गल्लां करे ओए तेरे मरण का मुकाम है डुब के मर जाना ए मां जा किश्ता के खोजे ए मां जी मुहब्बत के खोजिए नाम आ तेनू दसदा जावा नाम ए औरत मजबूर हो गई सरकार फरमाते ने ए चली गई नाम इन्हें जाके अपने बच्चों नू रोटी खिलाई नाम ए वापस आ गई नाम अतरों शामा पै गई नाम इफल ने हाथ पड़िया ते अंदर लै गया नबी पाक फरमाते ने औरत अंदर गई ते ने रोना शुरू कर दिता जिसम चो कप कपी तारी हो गई किवल कहंदा बीबी तेनू की बन गया तेनू की हो गया ना औरत कहंदी किवल अज जड़ा गुनाह करवान लगा कयामत दियां दीवारां तक नहीं सोचिया सी अज जड़ा गुनाह करवान लगा ए कदी कीता ही नहीं मैं हुण तां रब कोलों डरांदा पिया अगर जना करदियां करदियां मौत आ गई ते अल्लाह दे सामने किहड़ा मुंह लै के जावांगी पर तू ही कदी सोचिया अगर बुराई करदियां करदियां गुनाह करदियां करदियां मौत आ गई ते की बनेगा अगर शराब पींदियां पींदियां मौत आ गई ते की बनेगा सही मुस्लिम पढ़ के वेख लै मेरे नबी बयान करदे ने जो बासु कुल्लु अब्दिन अला मा माता लेगी बंदा जेड़ा कम करदा फौत होएगा उयो कम करदा ही कड़ा कीता जाएगा नमाज पढ़दियां फौत होया नमाज पढ़दे ही कड़ा कीता जाएगा इन्हे रोजा रखिया रोजे की हालत चो फौत होया रोजा रखे ही कड़ा होएगा ना अल्लाहु अकबर अल्लाह जे गुनाह करदियां फौत होया गुनाह कर दी खड़ा किया जाएगा आखरी गल्लां करके गल मुकदी मुकावा नाम इन्हें किफल नू वाद करना शुरू कर दिता किफल अल्लाह को डर जा आसमान दे रब को डर जा उंदी लाठी बड़ी बेआवाज है ओ फड़न ते आवे ते वड्डियां वड्डियां नू फड़ लिता करदा जे चुप रवे ते सौ वारी जे फड़न ते आवे ते झट लांदा है ना ओए किफल डर जा डर जा डर जा इस औरत ने एगो जा आवाज कीता नबी पाक फरमा ने किफल दे दिल दी दुनिया बदल गई कहंदा बीबी जल्दी निकल जा जल्दी चली जा जल्दी मेरे घरों निकल जा कुंडी मार ली औरत चली गई ते कुंडी मार ली तेरा बनल काल मिला दी कहंदा या अल्लाह सारी उम्र लंघ गई किन्नी उम्र सारी उम्र लंघ गई है अल्लाह सोनिया जवानी भी गई या अल्लाह उन बड़े पे जो पैर रखता पिया सा सारी उम्र लंघ गई है बगावत करदे आं अल्लाह अज मैं तेरे बूहे ते आ गया अल्लाह मैं तां भुलिया होया सा मेरा भुलिया सबक मैनू इस औरत ने याद करवा दिता है ओए कदों कहंदा तू क्यों आया है ओ कदों कहंदा तू सारी जिंदगी ना प्रमाणियां कीतियां ने हुण मेरे बूहे ते की लैन आ गया ओ तां कहंदा मैं तां क्या करना वा ओए तेरे सिर से वाल चिट्टे हो जान आ तेरे दंद डिग पैन कन्ना तू समात चली जा हत्थां पैरां चो लरज़ा तारी हो जाम हाथ चो सोटी आ जाम तेरी कमर झुक जाम तेरी औलाद छोड़ दे अपने भी छोड़ दे बेगाने भी छोड़ दे आ रोटी खावे पेट हजम ना करे सारी दिहाड़ी दवाइयां ते गुजार दे ना है औलाद ने भी सांस छोड़ दिते ने जेब भी खाली हो गई हुन बुढ़ा बन गया नौ भी कहंदी बाबा मसीते मंजी लै जा सानू घरे तंग ना करना मसीते मंजी लैके आ गया अद्धी रात दा टाइम है अपने रब दे सामने अथर तरह दे कातां दे नाल अथर तरह दी जबान दे नाल अपने रब दे सामने आके बैठ जा उत्तों आवाज आती है तेरी जिंदगी दा नक्शा नक्शा मेरे सामने आ तेरी किताब दा वर्का वर्का मेरे सामने आ अज मेरे बूहे ते आ गया मैं तेरे चिट्टे वालां दी शर्म करके तेरी जिंदगी दे सारे गुनाह ही माफ कर दिते ने
ਓਏ ਵੀਰਾ ਉੱਠ ਤਾਂ ਸਹੀ ਆਪਣੇ ਰੱਬ ਵੱਲਿਆ ਤਾਂ ਸਹੀ। ਇੱਧਰ ਕਿਫਲ ਕਹਿੰਦੇ ਅੱਲਾ ਸੋਹਣਿਆ ਪਾਪੀਆਂ ਤੇਰਾ ਵਾਂ ਯਾ ਅੱਲਾ ਗੰਦਾ ਵਾਂ ਪਰ ਤੇਰਾ ਬੰਦਾ ਵਾਂ, ਅੱਲਾ ਤੇਰੇ ਬੂਹੇ ਤੇ ਆ ਗਿਆ ਵਾਂ ਮੈਨੂੰ ਮਾਫ਼ ਕਰ ਦੇ। ਇਹਨੇ ਰਾਤ ਨੂੰ ਦੁਆਵਾਂ ਕੀਤੀਆਂ ਨਾ, ਨਬੀ ਪਾਕ ਫਰਮਾਉਂਦੇ ਨੇ ਇਹ ਬੰਦਾ ਫੌਤ ਹੋ ਗਿਆ ਨਾ, ਇਹ ਬੰਦਾ ਦੁਆਵਾਂ ਕਰਦਾ ਕਰਦਾ ਫੌਤ ਹੋ ਗਿਆ। ਇੱਧਰੋਂ ਦਿਨ ਚੜ ਪਿਆ, ਲੋਕਾਂ ਨੂੰ ਪਤਾ ਲੱਗਾ ਨਾ ਕਿਫਲ ਤੁਰ ਗਿਆ ਏ, ਕਿਫਲ ਫੌਤ ਹੋ ਗਿਆ। ਲੋਕੀ ਤਾਨੇ ਮਾਰਦੇ ਪਏ ਨੇ, ਅੱਲਾ ਨੇ ਕਿਫਲ ਨੂੰ ਮਾਫ਼ ਕੋਈ ਨਹੀਂ ਕਰਨਾ, ਅੱਲਾ ਨੇ ਇਸ ਪਾਪੀ ਨੂੰ ਮਾਫ਼ ਕੋਈ ਨਹੀਂ ਕਰਨਾ, ਅੱਲਾ ਨੇ ਇਸ ਗੰਦੇ ਨੂੰ ਮਾਫ਼ ਨਹੀਂ ਕਰਨਾ। ਅੱਲਾ ਪਾਕ ਨੇ ਆਪਣੀ ਕੁਦਰਤ ਦੇ ਨਾਲ ਲਿਖ ਦਿੱਤਾ ਨਾ ਇਨਲਾ ਕਾ ਕਦ ਗਫਰ ਅਲਲ ਕਿਫਲ। ਦੁਨੀਆ ਦੇ ਲੋਕੋ ਸੁਣ ਲਓ, ਤੁਸੀਂ ਬੋਲੀਆਂ ਮਾਰਦੇ ਪਏ ਜੇ, ਮੈਂ ਸਮਾਨ ਦੇ ਰੱਬ ਨੇ ਕਿਫਲ ਨੂੰ ਮਾਫ਼ ਕਰ ਦਿੱਤਾ ਏ। ਓਏ ਮੌਲਾ ਬੜਾ ਗਫੂਰ ਰਹੀਮ ਗਾ ਤੂੰ, ਤੇ ਰਹਿਮ ਕਰਦਿਆਂ ਤੂੰ ਨਹੀਂ ਥੱਕਣਾ ਏ, ਗੁਨਾਹ ਕਰਦਿਆਂ ਸਾਂ ਭਾਵੇਂ ਅੱਕ ਜਾਈਏ, ਓਏ ਮਾਫ ਕਰਦਿਆਂ ਤੂੰ ਨਹੀਂ ਅੱਕਣਾ ਏ। ਨਾ ਫਰਮਾਨੀਆਂ ਤੇਰੀਆਂ ਅਸਾਂ ਕਰਦੇ, ਪਰ ਤੂੰ ਰਹਿਮਤ ਦੀ ਨਜ਼ਰ ਨਾਲ ਤੱਕਣਾ ਏ। ਉਮਤ ਸਮਝ ਮਹਿਬੂਬ ਦੀ ਕਰੇ ਉਲਪਤ, ਵਰਨਾ ਜੋ ਚਾਵੇਂ ਤੂੰ ਕਰ ਸਕਦਾ ਏ। ਦੁਆ ਕਰੋ ਅੱਲਾ ਸਾਨੂੰ ਮਾਫ਼ੀ ਮੰਗਣ ਦੀ ਤੌਫੀਕ ਅਤਾ ਫਰਮਾਏ। ਦੋਸਤੋ ਮਾਵਾਂ, ਅਸਲ ਬਾਤ ਇਹ ਸੀ ਕਿ ਮਾਂ ਨੇ ਆਪਣੀ ਔਲਾਦ ਦੀ ਖਾਤਰ ਕੁਰਬਾਨੀ ਦਿੱਤੀ, ਔਰ ਮਾਂ ਕੁਰਬਾਨੀ ਦਿੱਤਾ ਹੀ ਕਰਦੀ ਹੈ। ਇਸ ਕਰਕੇ ਦੋਸਤੋ ਬੁੱਢੀ ਮਾਂ ਦਾ ਇਹਤਰਾਮ ਕਰੋ, ਬੁੱਢੀ ਮਾਂ ਦਾ ਅਦਬ ਕਰੋ, ਬੁੱਢੀ ਮਾਂ ਨਾਲ ਪਿਆਰ ਕਰੋ। ਅੱਜ ਦੁਨੀਆ 'ਤੇ ਆਪਣੇ ਮਾਪਿਆਂ ਨੂੰ ਰਾਜ਼ੀ ਕਰ ਲਓ, ਅੱਲਾ ਦੀ ਕਸਮੇ ਜ਼ਮੀਨ 'ਤੇ ਮਾਪੇ ਰਾਜ਼ੀ, ਅਰਸ਼ ਅਜ਼ੀਮ 'ਤੇ ਰੱਬੁਲ ਆਲਮੀਨ ਰਾਜ਼ੀ ਹੋ ਜਾਂਦਾ ਹੈ। ਅੱਲਾ ਸਾਨੂੰ ਰਾਜ਼ੀ ਕਰਨ ਦੀ ਤੌਫੀਕ ਅਤਾ ਫਰਮਾਏ। ਅੱਲਾ ਮੇਰਾ ਤੁਹਾਡਾ ਭਲਾ ਫਰਮਾਏ। ਅੱਲਾ ਇਸ ਮਸਜਿਦ ਨੂੰ ਕਿਆਮਤ ਤੱਕ ਲਈ ਆਬਾਦ ਫਰਮਾਏ। ਮੇਰੇ ਭਾਈ ਬਿਲਾਲ ਸਾਜਦ ਦੀਆਂ ਮਿਹਨਤਾਂ ਕਬੂਲੋ ਮਨਜ਼ੂਰ ਫਰਮਾਏ, ਔਰ ਭਾਈ ਬਿਲਾਲ ਇਸਲਾਮਿਕ ਸੈਂਟਰ ਵਾਲੇ ਕੰਗਨਪੁਰ ਤੋਂ ਸੀਡੀ ਬਣਾਉਣ ਵਾਸਤੇ ਲਿਆਏ ਨੇ। ਦੁਆ ਕਰੋ ਅੱਲਾ ਮੇਰੇ ਵੀਰ ਦਾ ਆਉਣਾ ਕਬੂਲ ਫਰਮਾਏ, ਔਰ ਅੱਜ ਦੇ ਜਿੰਨੇ ਪ੍ਰੋਗਰਾਮ ਤੁਹਾਨੂੰ ਇਹਨਾਂ ਕੋਲ ਮਿਲ ਜਾਣਗੇ, ਅੱਲਾ ਪਾਕ ਸਾਡਾ ਇੱਥੇ ਬੈਠਣਾ, ਮੇਰਾ ਸੁਣਾਉਣਾ, ਤੁਹਾਡਾ ਸੁਣਨਾ, ਉਲਮਾ ਦਾ ਸੁਣਾਉਣਾ ਆਪਣੀ ਬਾਰਗਾਹ ਦੇ ਅੰਦਰ ਕਬੂਲੋ ਮਨਜ਼ੂਰ ਫਰਮਾਏ। ਜ਼ਿੰਦਗੀ ਰਹੀ ਤੇ ਫਿਰ ਬਾਤਾਂ ਹੋਣਗੀਆਂ। ਵਾ ਆਖਰ ਦਾਵਾਨਾ ਅਲਹਮਦੁਲਿਲਾਹ ਰੱਬਿਲ ਆਲਮੀਨ।